ਨਮਸਕਾਰ, ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਇੰਡੀਆ ਨਿਊਜ਼ ਪੰਜਾਬ ਅਤੇ ਸਾਡੇ ਖਾਸ ਪ੍ਰੋਗਰਾਮ ਕਲੀਅਰ ਕੱਟ ਦੇ ਵਿੱਚ ਤੁਹਾਡਾ ਸਵਾਗਤ ਹੈ। ਅੱਜ ਸਾਡੇ ਨਾਲ ਮੌਜੂਦ ਨੇ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਪੱਠਲ ਜੀ। ਬੀਬੀ ਜੀ, ਬਹੁਤ ਬਹੁਤ ਸਵਾਗਤ ਹੈ ਸਾਡੇ ਖਾਸ ਪ੍ਰੋਗਰਾਮ ਕਲੀਅਰ ਕੱਟ ਦੇ ਵਿੱਚ। ਅਤੇ ਸਭ ਤੋਂ ਪਹਿਲਾਂ ਸਵਾਲ ਤਾਂ ਇਹ ਹੀ ਹੈ ਕਿ ਤੁਸੀਂ ਦਿੱਲੀ ਡੇਰੇ ਲਾਏ ਹੋਏ ਹੈ, ਕੋਈ ਖਾਸ ਕਾਰਨ? ਇਸ ਤੋਂ ਪਹਿਲਾਂ ਅਸੀਂ ਸਵਾਲ ਪੁੱਛੀਏ। ਦਿੱਲੀ ਸਾਡਾ ਕਾਂਗਰਸ ਪਾਰਟੀ ਦਾ ਜੋ ਹੈ ਹੈੱਡਕੁਆਟਰ ਹੈ, ਜਿੱਥੇ ਹਮੇਸ਼ਾ ਆਉਣਾ ਜਾਣਾ ਸਾਡਾ ਬਣਿਆ ਰਹਿੰਦਾ ਹੈ। ਲੇਕਿਨ ਇਹ ਠੀਕ ਹੈ ਕਿ ਕੁਛ ਨਿੱਜੀ ਕੰਮਾਂ ਲਈ, ਕੁਛ ਰਾਜਸੀ ਕੰਮਾਂ ਲਈ ਔਰ ਕੁਛ ਜੋ ਸਿਆਸਤ ਦੇ ਵਿੱਚ ਹੁਣ ਇਲੈਕਸ਼ਨ ਆ ਰਹੀ ਹੈ, ਇਹਦੇ ਵਿੱਚ ਵੀ ਆਪਣੀਆਂ ਰਾਇਆਂ ਦੇਣ ਵਾਸਤੇ ਮੈਂ ਦਿੱਲੀ ਆਈ ਹੋਈ ਹਾਂ। ਹਰ ਕੋਈ ਲੀਡਰ ਆਪੋ ਆਪਣੀ ਪਾਰਟੀ ਦੇ ਹੈੱਡਕੁਆਟਰ ਜਾਂਦਾ ਅਤੇ ਮੈਂ ਵੀ ਆਈ ਹੋਈ ਹਾਂ। ਅੱਛਾ, ਅਤੇ ਬੀਬੀ ਜੀ, ਹੁਣ ਇਹ ਵੀ ਦੱਸੋ ਕਿ ਸੰਗਰੂਰ ਤੋਂ ਕਿਸ ਤਰ੍ਹਾਂ ਦੀ ਤਿਆਰੀ ਹੈ? ਅਤੇ ਤੁਸੀਂ ਕਹਿ ਰਹੇ ਸੀਗੇ ਕਿ ਪਾਰਟੀ ਜੋ ਹੁਕਮ ਕਰੇਗੀ ਉਹ ਮੰਨਾਂਗੇ, ਅਤੇ ਪਹਿਲੇ ਤਾਂ ਤੁਸੀਂ ਹੁਣ ਕੁਛ ਕਹਿਣ ਆਇਓ ਅਤੇ ਇਹ ਵੀ ਦੱਸ ਦਿਓ, ਪੰਜਾਬ ਦੇ ਲੋਕ ਸੁਣ ਰਹੇ ਨੇ ਲਾਈਵ ਤੁਹਾਨੂੰ। ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਮੈਂ ਹਮੇਸ਼ਾ ਪਾਰਟੀ ਨੇ ਜਦੋਂ ਵੀ ਜਿਸ ਥਾਂ 'ਤੇ ਵੀ ਮੇਰੀ ਹਾਜ਼ਰੀ ਦੀ, ਮੇਰੇ ਜ਼ਿੰਮੇਵਾਰੀਆਂ ਦੀ, ਮੇਰੇ ਕੰਮਾਂ ਦੀ ਜ਼ਰੂਰਤ ਸਮਝੀ ਹੈ, ਮੈਂ ਸਭ ਤੋਂ ਪਹਿਲੀ ਫਰੰਟ ਲਾਈਨ 'ਚ ਮਿਲੀ ਹਾਂ। ਔਰ ਅੱਜ ਵੀ ਮੇਰੀ ਪਾਰਟੀ ਅਗਰ ਚਾਹੂਗੀ ਕਿ ਮੈਂ ਉੱਥੋਂ ਇਲੈਕਸ਼ਨ ਲੜਾਂ ਤਾਂ ਮੈਂ ਬਿਲਕੁਲ ਤਿਆਰ ਬਰ ਤਿਆਰ ਹਾਂ ਇਲੈਕਸ਼ਨ ਲੜਨ ਵਾਸਤੇ। ਜੋ ਪਾਰਟੀ ਹੁਕਮ ਦੇਊਗੀ ਉਹਨੂੰ ਮੰਨਾਂਗੇ ਸਿਰ ਮੱਥੇ। ਠੀਕ ਹੈ ਬੀਬੀ ਜੀ, ਮੈਨੂੰ ਇਹ ਦੱਸੋ ਕਿ ਸੰਗਰੂਰ ਦੇ ਵਿੱਚ, ਠੀਕ ਹੈ, ਤੁਹਾਡਾ ਲਹਿਰਾ ਦੇ ਵਿੱਚ ਤੁਹਾਡਾ ਪਿੰਡ ਹੈ, ਤੁਸੀਂ 5 ਵਾਰ ਉੱਥੋਂ ਚੋਣ ਜਿੱਤੀ, MLA ਬਣੇ, ਮੰਤਰੀ ਬਣੇ, ਮੁੱਖ ਮੰਤਰੀ ਬਣੇ, ਪੰਜਾਬ ਕਮੇਟੀ ਦੇ ਪ੍ਰਧਾਨ ਵੀ ਰਹੇ, ਸਾਰੇ ਅਹੁਦਿਆਂ ਦੇ ਉੱਪਰ ਤੁਸੀਂ ਰਹੇ ਹੋ। ਪਹਿਲੀ ਵਾਰ ਤੁਸੀਂ ਹੁਣ ਆਪਣੀ, ਤੁਸੀਂ ਕਿਤੇ ਨਾ ਕਿਤੇ ਇਹ ਦੱਸੀ ਹੈ ਇੱਛਾ ਕਿ ਤੁਸੀਂ MP ਦੀ ਚੋਣ ਲੜਨ ਜਾ ਰਹੇ ਹੋ, ਤੁਸੀਂ ਚਾਹੁੰਦੇ ਹੋ। ਸੰਗਰੂਰ ਦੇ ਸਮੀਕਰਨ ਕਹਿੰਦੇ ਕੀ ਹੈ? ਦੇਖੋ, ਸੰਗਰੂਰ ਸਾਡਾ ਜਿਹੜਾ ਹੈਗਾ ਉਹ ਕਾਫੀ ਚੀਜ਼ਾਂ ਵਿੱਚ ਅੱਗੇ ਹੈ, ਲੇਕਿਨ ਸੈਕੂਲਰ ਸੋਚ ਵੀ ਰੱਖਦਾ ਹੈ। ਇੱਥੇ ਬਹੁਤ ਵੱਡੇ ਵੱਡੇ ਇਤਿਹਾਸਕ ਐਸੇ ਸਾਡੀਆਂ ਗੱਲਾਂ ਹੋਈਆਂ ਜਿਹਦੇ ਵਿੱਚ ਸੈਕੂਲਰਿਜ਼ਮ ਨੂੰ ਤਹਿ ਦਿੱਤੀ ਗਈ ਹੈ। ਸੋ ਮੈਂ ਅੱਜ ਕਿਉਂ ਜ਼ਾਹਰ ਕੀਤੀ ਹੈ ਜਾਂ ਤੁਸੀਂ ਸਮੀਕਰਨ ਪੁੱਛੇ ਆ ਕੀ ਹੈਗੇ ਹੈ, ਸਾਡੀ ਕਾਂਗਰਸ ਪਾਰਟੀ ਦਾ, ਅੱਜ ਇਕੱਲਾ ਸੰਗਰੂਰ ਦੀ ਗੱਲ ਨਹੀਂ ਮੈਂ ਕਰਦੀ, ਪੂਰੇ ਦੇ ਪੂਰੇ ਪੰਜਾਬ ਦੀਆਂ 13 ਪਾਰਲੀਮੈਂਟ ਚੋਣਾਂ ਅਸੀਂ ਜਿੱਤਣ ਜਾ ਰਹੇ ਹਾਂ। ਕਿਉਂਕਿ ਸਾਡੇ ਮੁਕਾਬਲੇ 'ਚ ਅੱਜ ਜਿਹੜੀ ਅਕਾਲੀ ਦਲ ਪਾਰਟੀ ਹੋਵੇ, ਚਾਹੇ ਆਪ ਹੋਵੇ ਜਾਂ ਕੋਈ ਵੀ ਹੋਵੇ, ਅੱਜ ਸਾਰੀਆਂ ਵਿਰੋਧੀ ਪਾਰਟੀਆਂ ਖਿੰਡ ਪੁੱਟ ਚੁੱਕੀਆਂ, ਉਹਨਾਂ ਦੇ ਟੁਕੜਿਆਂ ਵਿੱਚ ਵੰਡੀਆਂ ਗਈਆਂ, ਉਹ ਆਪੋ ਆਪਣੇ ਵਜੂਦ ਵਿਚਾਉਣ 'ਚ ਲੱਗੀਆਂ ਹੋਈਆਂ, ਨੰਬਰ 1। ਨੰਬਰ 2, ਸਾਡੀ ਕਾਂਗਰਸ ਪਾਰਟੀ ਸਰਕਾਰ ਨੇ ਪੰਜਾਬ 'ਚ ਬਹਿੰਦਿਆਂ ਸਾਰ ਇੱਕ ਰਿਕਾਰਡ ਕਾਇਮ ਕੀਤਾ ਜੋ ਦੂਜੀਆਂ ਪਾਰਟੀਆਂ 10-10 ਸਾਲਾਂ 'ਚ ਆਪਣੇ ਵਾਅਦੇ ਪੂਰੇ ਨਹੀਂ ਕਰ ਸਕੀਆਂ। ਅਸੀਂ 10 ਮਹੀਨਿਆਂ ਵਿੱਚ ਆਪਣੇ ਵਾਅਦੇ, ਕਿਸਾਨੀ ਕਰਜ਼ਾ ਮਾਫ਼ ਹੋਵੇ, ਚਾਹੇ ਨਸ਼ੇ ਛਡਾਉਣ ਦੀ ਗੱਲ ਹੋਵੇ, ਅਸੀਂ ਉਹ ਸਾਰੇ ਵਾਅਦੇ ਪੂਰੇ ਕੀਤੇ ਆ, ਨੰਬਰ 2। ਨੰਬਰ 3 ਇਹ ਹੈਗਾ ਕਿ ਸਾਡੇ ਨੈਸ਼ਨਲ ਜੋ ਸਾਡੇ ਪ੍ਰੈਜ਼ੀਡੈਂਟ ਹੈ ICC ਦੇ, ਉਹਨਾਂ ਨੇ ਕਿਹਾ ਕਿ ਅਸੀਂ 25% ਵਿਮਨ ਨੂੰ ਲੈ ਕੇ ਆਉਣਾ ਇਸ ਪਾਸੇ ਵੱਲ। ਸੋ ਮੈਂ ਕਿਉਂ ਛੁਪ ਕੇ ਬੈਠਾ ਇਸ ਵਕਤ, ਮੈਂ ਵੀ ਸਮਝਦੀ ਹਾਂ ਕਿ ਮੇਰੀਆਂ ਸਰਵਿਸਿਜ਼ ਵੀ ਪਾਰਟੀ ਦੇ ਹਵਾਲੇ ਨੇ। ਨੰਬਰ 4 ਕਿ ਸਾਰੇ ਹੀ ਸਾਡੇ ਜਿਹੜੇ ਹੈਗੇ ਨੇ ਜ਼ਿਲ੍ਹੇ ਦੇ, ਜਿੱਥੇ ਤੁਸੀਂ ਕਿਹਾ ਕਿ ਮੇਰੀ ਲਹਿਰਾ ਗਾਗਾ ਕੰਸਟੀਚੁਐਂਸੀ ਨਹੀਂ ਇਕੱਲੀ, ਮੈਂ ਧਨੌਲਾ ਤੋਂ ਪਹਿਲੀ ਵਾਰ ਜਿੱਤੀ, ਉਹ ਵਿੱਚ ਪੈਂਦੀ ਹੈ, ਮੇਰੇ ਫਾਦਰ ਸ਼ੇਰਪੁਰ ਸਾਹਿਬ ਤੋਂ ਜਿੱਤੇ ਸੀ ਉਹ ਵਿੱਚ ਪੈਂਦੀ ਹੈ। ਔਰ ਇਸ ਤੋਂ ਇਲਾਵਾ ਵੀ ਜਿਹੜਾ ਬੰਦਾ ਸਟੇਟ ਦਾ ਪ੍ਰੈਜ਼ੀਡੈਂਟ ਜਾਂ ਆਪਣੀ ਸਰਕਾਰ ਦਾ ਹੈੱਡ ਹੋ ਰਿਹਾ ਹੋਵੇ, ਉਹਦੇ ਲਈ ਸਾਰਾ ਸਟੇਟ ਹੀ ਆਪਣੀ ਕੰਸਟੀਚੁਐਂਸੀ ਹੁੰਦੀ ਹੈ। ਮੇਰੇ ਲਈ ਕੋਈ ਉੱਪਰੀ ਗੱਲ ਨਹੀਂ, ਮੈਂ ਬਤੌਰ ਪਾਰਟੀ ਵਰਕਰ ਇੱਥੇ ਅੰਦੋਲਨ ਚਲਾਏ ਹੈ, ਪੂਰੀ ਤਰ੍ਹਾਂ ਨਾਲ ਲੋਕ ਪਿਆਰ ਕਰਦੇ ਆ, ਲੋਕਾਂ ਨੇ ਮੇਰੇ 'ਤੇ ਬੜਾ ਪ੍ਰੈਸ਼ਰ ਪਾਇਆ ਕਿ ਮੈਂ ਇਸ ਵਾਰ ਜ਼ਰੂਰ ਇਲੈਕਸ਼ਨ ਲੜਾਂ ਆਪਣੀ ਪਾਰਟੀ ਦੇ ਲਈ, ਆਪਣੇ ਸੂਬੇ ਲਈ, ਆਪਣੇ ਸਾਰੇ ਲੋਕਾਂ ਨੂੰ ਆਪਣੇ ਪੰਜਾਬ ਹਿੰਦੁਸਤਾਨ ਦੇ ਵਿੱਚ ਅੱਛੀ ਸਰਕਾਰ ਦੇਣ ਲਈ। ਰਾਈਟ ਬੀਬੀ ਜੀ, ਇਸ ਤੋਂ ਪਹਿਲਾਂ ਕਿ ਹਾਲਾਂਕਿ ਤੁਸੀਂ ਪੰਜਾਬ ਦੇ ਕੁਝ ਮੁੱਦਿਆਂ ਨੂੰ ਚੁੱਕਿਆ, ਮੈਂ ਇਸ ਮੁੱਦਿਆਂ 'ਤੇ ਵੀ ਆਊਂਗਾ, ਪਰ ਕਿਉਂਕਿ ਪਹਿਲੇ ਆਪਾਂ ਗੱਲ ਸੰਗਰੂਰ ਕੌਨਸਟੀਚੁਐਂਸੀ ਦੀ ਕਰ ਰਹੇ ਹਾਂ, ਇਹ ਦੱਸੋ ਕਿ ਕਿਸ ਤਰੀਕੇ ਦੇ ਨਾਲ ਤੁਹਾਡਾ, ਜਿਵੇਂ ਤੁਸੀਂ ਹੁਣ ਹੌਸਲਾ ਦੱਸਿਆ ਕਿ ਕਾਫੀ ਵਧਿਆ ਕਿਉਂਕਿ ਤੁਹਾਡੀ ਸਰਕਾਰ ਹੈ, ਜਿਮਨੀ ਚੋਣਾਂ ਪੰਜਾਬ 'ਚ ਹੋਈਆਂ, ਜਿਹੜੀਆਂ ਪੰਚਾਇਤੀ ਚੋਣਾਂ ਹੋਈਆਂ ਤੁਹਾਡੀ ਪਾਰਟੀ ਨੇ ਜਿੱਤੀਆਂ, ਕੋਈ ਸ਼ੱਕ ਨਹੀਂ। ਪਰ
ਅਗਰ ਆਪਾਂ ਤੁਹਾਡੀ ਸੰਗਰੂਰ ਕੌਂਸਟੀਚੁਐਂਸੀ ਦੀ ਗੱਲ ਕਰੀਏ, ਲੋਕ ਸਭਾ ਕੌਂਸਟੀਚੁਐਂਸੀ ਦੀ, ਪਿਛਲੀ ਵਾਰ 5,33,000 ਵੋਟਾਂ ਪਈਆਂ ਸੀ ਭਗਵੰਤ ਮਾਨ ਨੂੰ, ਆਮ ਆਦਮੀ ਪਾਰਟੀ ਨੂੰ। ਅਕਾਲੀ ਦਲ ਨੂੰ 2,11,000 ਅਤੇ ਵਿਜੇਂਦਰ ਸਿੰਗਲਾ ਤੁਹਾਡੀ ਪਾਰਟੀ ਨੂੰ 1,81,000। 1,81,000 ਕਾਂਗਰਸ ਪਾਰਟੀ ਨੂੰ ਵੋਟ ਪਈ ਸੀ ਉਸ ਟਾਈਮ, ਅਤੇ ਆਮ ਆਦਮੀ ਪਾਰਟੀ ਨੂੰ 5,33,000, 2.25 ਲੱਖ ਦੇ ਮਾਰਜਨ ਦੇ ਨਾਲ ਉਹਨਾਂ ਨੇ ਆਪਣੇ ਨੇੜਲੇ ਉਮੀਦਵਾਰ ਅਕਾਲੀ ਦਲ ਦੇ ਨੂੰ ਹਰਾਇਆ ਸੀਗਾ। ਅਤੇ ਬੀਬੀ ਜੀ, ਥੋੜ੍ਹਾ ਤੁਸੀਂ ਇਹ ਸਮਝਾਓ ਕਿ ਇਹ ਤੁਹਾਡੀ ਪਾਰਟੀ ਦੀ ਅੱਜ ਸਰਕਾਰ ਹੈ, ਇਸ ਕਰਕੇ ਹੌਸਲਾ ਬੁਲੰਦ ਹੈ, ਜਾਂ ਕਾਰਨ ਕੀ ਹੈ ਪਿੱਛੇ? ਤੁਹਾਨੂੰ ਨਹੀਂ ਲੱਗਦਾ ਕਿ ਕਿਤੇ ਨਾ ਕਿਤੇ ਦਾਅਵੇਦਾਰੀ ਉਹਨਾਂ ਦੀ ਅੱਜ ਵੀ ਭਾਰੀ ਹੈ, ਆਮ ਆਦਮੀ ਪਾਰਟੀ ਦਾ ਪ੍ਰਧਾਨ ਹੈ ਭਗਵੰਤ ਮਾਨ? ਠੀਕ ਹੈ, ਮੈਂ ਮੰਨਦੀ ਹਾਂ ਕਿ ਭਗਵੰਤ ਮਾਨ ਨੇ ਬਹੁਤ ਵੱਡੀ ਅੱਛੀ ਫਾਈਟ ਦਿੱਤੀ ਸੀ, ਅੱਜ ਵੀ ਉਹ ਪਾਰਟੀ ਦਾ ਪ੍ਰੈਜੀਡੈਂਟ ਬਣ ਕੇ ਆਪ ਪਾਰਟੀ ਦਾ ਆਇਆ ਹੈ, ਲੇਕਿਨ ਉਹਦੇ ਬਾਵਜੂਦ ਮੈਂ ਸਮਝਦੀ ਹਾਂ ਕਿ ਗੁਜਰੇ ਹੋਏ ਸਮੇਂ ਕੱਲ੍ਹ ਦੇ ਵਿੱਚ ਕੀ ਹੋਇਆ ਸੀ, ਅੱਜ ਕੀ ਹੈ, ਇਹ ਸਿਚੁਏਸ਼ਨ ਵੱਖਰੀ ਵੱਖਰੀ ਹੁੰਦੀ ਹੈ। ਅੱਜ ਸਿਚੁਏਸ਼ਨ ਵਿੱਚ ਫਰਕ ਹੈ, ਲੋਕਾਂ ਨੇ ਆਮ ਆਦਮੀ ਪਾਰਟੀ ਦੇ ਜਿਹਦਾ ਉਮੀਦਵਾਰ ਭਗਵੰਤ ਮਾਨ ਹੈ, ਇਹਨਾਂ ਨੂੰ ਵੀ ਦੇਖ ਚੁੱਕੇ ਆ ਕਿ ਕੋਈ ਕਾਰਗੁਜ਼ਾਰੀ ਨਹੀਂ। ਆਹ ਤੁਹਾਡੇ ਪਿੱਛੇ ਹੁਣੇ ਹੀ ਬਰਨਾਲੇ ਆ ਕੇ ਗਏ ਨੇ ਕੇਜਰੀਵਾਲ ਜੀ। ਲੋਕ ਸੋਚਦੇ ਸੀ ਕਿ ਆਮ ਆਦਮੀ ਪਾਰਟੀ 'ਚ ਮਾੜੀ ਮੋਟੀ ਜਿੰਦਜਾਨ ਹੈ ਜਾਂ ਪੰਜਾਬ ਲਈ ਪਿਆਰ ਹੈ। ਉੱਥੇ ਕੇਜਰੀਵਾਲ ਜੀ ਨੇ ਜਾਂ ਤਾਂ ਪੰਜਾਬ ਦੇ ਪਾਣੀ ਦੇ ਮੁੱਦੇ 'ਤੇ ਕੁਛ ਨਹੀਂ ਦੱਸਿਆ ਕਿ ਉਹ ਕਿਹਦੇ ਵੱਲ ਹੈ, ਜਾਂ ਕਿਸਾਨਾਂ ਨੂੰ ਕੀ ਰਾਹਤ ਦੇਣਗੇ, ਜਾਂ ਦਿੱਲੀ 'ਚ ਕੀ ਰਾਹਤ ਦਿੱਤੀ ਹੈ, ਕੀ ਉਹਨਾਂ ਦਾ ਏਜੰਡਾ ਹੋਊਗਾ, ਕੋਈ ਗੱਲ ਨਹੀਂ ਕਰ ਸਕੇ। ਉਹ ਆਪਣੀ ਰੈਲੀ ਅਤੇ ਪਾਰਟੀ ਜਿਹੜੀ ਰੱਖੀ ਹੋਈ ਮੀਟਿੰਗ ਸੀ, ਉਹਨੂੰ ਇੱਕ ਨਸ਼ਾ ਛਡਾਊ ਕੈਂਪ ਜਿਹ 'ਚ ਸਿੰਗਲ ਇੱਕ ਬੰਦੇ ਨਸ਼ਾ ਛੱਡਿਆ। ਸੋ ਮੈਂ ਸਮਝਦੀ ਹਾਂ ਕਿ ਬੁਰੀ ਤਰ੍ਹਾਂ ਦੇ ਨਾਲ ਇਹਨਾਂ ਨੂੰ ਲੋਕ ਦੇਖ ਚੁੱਕੇ ਹੈ। ਉਹ ਕੱਲ੍ਹ ਵਾਲਾ ਬੀਤਿਆ ਸਮਾਂ ਗੁਜ਼ਰ ਗਿਆ, ਸਮਾਂ ਉਹ ਸਮਾਂ ਨਹੀਂ ਰਿਹਾ। ਦੂਜੇ ਪਾਸੇ ਸਾਡੀ ਪਾਰਟੀ ਨੇ ਜਿਸ ਤਰ੍ਹਾਂ ਮੈਂ ਕਿਹਾ, ਤੁਸੀਂ ਆਪ ਵੀ ਗੱਲ ਕਰਦਿਆਂ ਕਿਹਾ, ਜਿੰਨੀਆਂ ਵੀ ਇਲੈਕਸ਼ਨਾਂ ਹੋਈਆਂ, ਲੋਕ ਅੱਜ ਸਮਝਦੇ ਆ ਕਿ ਸਿਰਫ ਤੇ ਸਿਰਫ ਕਾਂਗਰਸ ਪਾਰਟੀ ਹੈ ਜੋ ਕਹਿੰਦੀ ਹੈ ਉਹ ਕਰਕੇ ਦਿਖਾਉਂਦੀ ਹੈ। ਇਸ ਲਈ ਸਾਡੀ ਅੱਜ ਸਾਨੂੰ ਪੂਰਾ ਹੌਸਲਾ, ਇੱਥੇ ਪੰਜਾਬ 'ਚ ਤਾਂ ਹੈ ਹੀ ਹੈ, ਸਾਨੂੰ ਦੇਸ਼ ਵਿੱਚ ਵੀ ਹੈ, ਪੂਰੇ ਹਿੰਦੁਸਤਾਨ ਵਿੱਚ ਸਮਝਦੇ ਹਾਂ ਕਿ ਮੋਦੀ ਸਾਹਿਬ ਦੇ ਲਾਰੇ ਅਕਾਲੀਆਂ ਅਤੇ ਇਹਨਾਂ ਦੇ ਕੇਜਰੀਵਾਲ ਦੇ ਲਾਰਿਆਂ ਤੋਂ ਦੁਨੀਆ ਅੱਕ ਚੁੱਕੀ ਹੈ, ਔਰ ਕਾਂਗਰਸ ਪਾਰਟੀ ਦੇ ਨਾਲ ਖੜੀ ਹੈ। ਅਸੀਂ ਸਾਰੇ ਇੱਕਜੁੱਟ ਹਾਂ। ਇਹ ਜਿੱਥੇ ਦੂਜੇ ਪਾਸੇ ਸਾਰੀਆਂ ਪਾਰਟੀਆਂ ਫਟ ਗਈਆਂ, ਪਹਿਲੀ ਵਾਰ ਹੋਇਆ ਕਿ ਕਾਂਗਰਸ ਪਾਰਟੀਆਂ 'ਚ ਪੂਰੀ ਤਰ੍ਹਾਂ ਇੱਕਜੁੱਟ ਹੈ, ਅਸੀਂ ਸਾਰੇ ਇਕੱਠੇ ਹੋ ਕੇ ਹਿੰਦੁਸਤਾਨ ਦੀ ਤਕਦੀਰ ਮੋਦੀਆਂ ਤੋਂ ਅਤੇ ਬੀਜੇਪੀ ਤੋਂ ਵਾਪਸ ਲੈ ਕੇ ਅਸੀਂ ਕਾਂਗਰਸ ਪਾਰਟੀ ਦੇ ਹੱਥ 'ਚ ਲਿਆਉਣਾ ਚਾਹੁੰਦੇ ਹਾਂ। ਬੀਬੀ ਜੀ, ਇਹ ਜਿਵੇਂ ਠੀਕ ਹੈ, ਤੁਸੀਂ ਕਿਹਾ ਕਿ ਤੁਹਾਡੀ ਸੂਬੇ ਸਰਕਾਰ ਹੈ, ਚੰਗੀ ਗੱਲ ਹੈ, ਅਤੇ ਤੁਹਾਡਾ ਹੌਸਲਾ ਵੀ ਬੁਲੰਦ ਹੈ। ਤੁਹਾਨੂੰ ਲੱਗਦਾ ਕਿ ਸਰਕਾਰ ਨਾ ਆਉਂਦੀ, ਤੁਸੀਂ ਫਿਰ ਹਿੰਮਤ ਦਿਖਾਉਂਦੇ ਐਮ ਪੀ ਚੋਣ ਲੜਨ ਦੀ ਗੱਲ ਕਹਿੰਦੇ, ਜਾਂ ਤੁਹਾਨੂੰ ਫਿਰ ਜਿਹੜਾ ਲੋਕ ਕਹਿ ਰਹੇ ਨੇ ਕਿ ਤੁਸੀਂ ਲੜੋ ਲੜੋ, ਫਿਰ ਵੀ ਉਹਨਾਂ ਨੇ ਕਹਿਣਾ ਸੀਗਾ ਵਿੱਚ ਸਰਕਾਰ ਨਾ ਆਉਂਦੀ ਸੂਬੇ 'ਚ? ਮੈਂ ਕਦੇ ਨਹੀਂ ਇਹ ਸੋਚਿਆ ਕਿ ਜੇ ਮੈਂ ਸਿਰਫ ਜਿੱਤੂਗੀ ਮੈਂ ਤਾਂ ਹੀ ਖੜੀ ਹੋਊਂਗੀ। ਜੇ ਮੈਂ ਸਿਰਫ ਜਿੱਤਣ ਦੇ ਇਰਾਦੇ ਨਾਲ ਖੜੀ ਹੋਣਾ ਹੁੰਦਾ ਤਾਂ ਮੈਂ ਇਸ ਵਾਰ ਲਹਿਰਾ ਗਾਗਾ ਬਦਲ ਸਕਦੀ ਸੀ ਆਪਣੀ ਸੀਟ ਜੀ, ਲੇਕਿਨ ਮੈਨੂੰ ਪਤਾ ਸੀ ਸਿਚੁਏਸ਼ਨ ਕੀ ਹੈ, ਉੱਥੇ ਪੈਸੇ ਦੀ ਜਿੱਤ ਭਾਰੀ ਹੋਣੀ ਹੈ, ਮੈਨੂੰ ਪਤਾ ਸੀ। ਸਰਸਾ ਦੀ ਵੋਟ ਦੂਜੇ ਪਾਸੇ ਚਲੀ ਗਈ, ਜਿਹੜੀ ਸਭ ਤੋਂ ਵੱਧ 26,000 ਵੋਟ ਮੇਰੇ ਹਲਕੇ 'ਚ ਹੈ, ਮੈਨੂੰ ਪਤਾ ਸੀ ਉਹ ਚਲੀ ਗਈ। ਲੇਕਿਨ ਮੈਂ ਇਹ ਨਹੀਂ ਸੋਚਿਆ ਕਿ ਮੈਂ ਜੇ ਹਾਲਾਤ ਚੰਗੇ ਤਾਂ ਹੀ ਲੜਨਾ। ਮੈਂ ਮਾੜੇ ਹਾਲਾਤਾਂ ਵਿੱਚ ਪਾਰਟੀ ਦੀ ਕਮਾਂਡ ਵੀ ਸੰਭਾਲੀ ਹੈ, ਮਾੜੇ ਹਾਲਾਤਾਂ ਵਿੱਚ ਅੰਦੋਲਨ ਲੱਗੇ, ਮੈਂ ਆਪਣੇ ਬੱਚਿਆਂ ਨੂੰ ਲੈ ਕੇ ਜੇਲ੍ਹਾਂ 'ਚ ਵੀ ਗਈ ਹਾਂ। ਮੈਂ ਕਦੇ ਵੀ ਨਹੀਂ ਈਜ਼ੀ ਸੋਚਿਆ ਕਿ ਸਖਾਲਾ ਅਤੇ ਈਜ਼ੀ ਹੋ ਤਾਂ ਹੀ ਮੈਂ ਅੱਗੇ ਆਉਂਗੀ। ਜਿੱਥੋਂ ਤੱਕ ਹੈ ਕਿ ਲੋਕ ਸਭਾ 'ਚ ਆਉਣ ਦਾ, ਮੇਰੇ ਮਨ 'ਚ ਜ਼ਰੂਰ ਇਰਾਦਾ ਸੀ ਕਿ ਪੰਜਾਬ ਦੀਆਂ ਸਾਰੀਆਂ ਕੁਰਸੀਆਂ 'ਤੇ ਮੈਂ ਬੈਠ ਕੇ ਦੇਖਿਆ ਹੋਇਆ, ਇੱਕ ਇੱਕ ਥਾਂ, ਚਾਹੇ ਉਹ ਅਪੋਜੀਸ਼ਨ ਦਾ ਅਹੁਦਾ 2 ਵਾਰ, ਚਾਹੇ ਉਹ ਪ੍ਰਧਾਨਗੀ ਦਾ 2 ਵਾਰ, ਡਿਪਟੀ ਸੀਐਮ, ਸੀਐਮ, ਮਿਨਿਸਟਰ, ਸਾਰੇ ਮੈਂ ਰਹਿ ਚੁੱਕੀ ਹਾਂ। ਲੇਕਿਨ ਮੇਰੇ ਮਨ 'ਚ ਇਹ ਵੀ ਖਾਹਿਸ਼ ਹੈ, ਇੱਛਾ ਹੈ ਕਿ ਇੱਕ ਵਾਰ ਮੈਂ ਹਿੰਦੁਸਤਾਨ ਦੀ ਹਿਸਟਰੀ 'ਚ ਪਾਰਲੀਮੈਂਟ ਰਾਹੀਂ ਜਾ ਕੇ ਇਹ ਸਾਰਾ ਕੁਛ ਜਿਹੜਾ ਹੈਗਾ ਮੈਂ ਆਪਣੇ ਸਮੇਂ 'ਚ ਦੇਖਿਆ, ਆਪਣੇ ਸਮੇਂ 'ਚ ਹੰਢਾਇਆ, ਸਾਰੀਆਂ ਪਾਰਟੀਆਂ ਨੂੰ ਦੇਖਿਆ, ਉਹ ਵੀ ਮੈਂ ਆਪਣੀ ਜਵਾਨ ਨਾਲ ਉੱਥੇ ਜਾ ਕੇ ਦੱਸ ਸਕਾਂ। ਅਤੇ ਲੋਕਾਂ ਦਾ ਵੀ ਪਿਆਰ ਸੀ, ਲੋਕਾਂ ਦਾ ਪਿਆਰ ਹਮੇਸ਼ਾ ਹੀ ਰਿਹਾ। ਆਹ ਪਿਛਲੀ ਵਾਰ ਵੀ ਜੋ ਲਹਿਰੇ ਤੋਂ ਲੜੀ, ਮੈਨੂੰ ਸਾਰੇ ਪੰਜਾਬ 'ਚੋਂ
ਕੋਈ ਮੇਰਾ ਖਿਆਲ 10 ਸੀਟਾਂ ਤੋਂ ਮੈਨੂੰ ਆਫਰ ਆਈਆਂ ਕਿ ਸਾਡੇ ਆਓ ਸਾਡੇ ਆਓ ਸਾਡੇ ਆਓ। ਇਸ ਲਈ ਨਵੀਂ ਗੱਲ ਨਹੀਂ ਕਿ ਮੈਨੂੰ ਲੋਕਾਂ ਨੇ ਕੋਈ ਆਪਣੀ ਆਫਰ ਕੀਤੀ ਹੈ, ਹਮੇਸ਼ਾ ਹੀ ਕਰਦੇ ਹੈ, ਹਮੇਸ਼ਾ ਲੋਕ ਨਾਲ ਖੜੇ ਹੈ, ਕਿਉਂਕਿ ਸਾਡਾ ਟੱਬਰ, ਮੈਂ ਜਾਂ ਮੇਰੇ ਮਾਂ ਬਾਪ, ਸਾਡਾ ਖਾਨਦਾਨ ਹਮੇਸ਼ਾ ਦੇਸ਼ ਨਾਲ ਅਤੇ ਲੋਕਾਂ ਦੇ ਨਾਲ ਖੜਾ ਹੈ। ਬੀਬੀ ਜੀ, ਇੱਕ ਗੱਲ, ਕਿਉਂਕਿ ਮੈਂ ਸੰਗਰੂਰ ਤੋਂ ਬਾਅਦ ਫਿਰ ਪੰਜਾਬ ਦੀ ਪੋਲੀਟਿਕਸ 'ਤੇ ਆਊਂਗਾ, ਸੰਗਰੂਰ ਦੀ ਮੈਂ ਜੇ ਗੱਲ ਕਰ ਰਿਹਾ, ਕਿਉਂਕਿ ਅਗਰ ਤੁਹਾਡੀ ਉੱਥੇ ਫਾਈਟ ਜਿਹੜੀ ਆਮ ਆਦਮੀ ਪਾਰਟੀ ਦੇ ਨਾਲ ਹੁੰਦੀ ਹੈ, ਕਿਉਂਕਿ ਸਭ ਤੋਂ ਹਾਈਐਸਟ ਵੋਟ ਮਾਰਜਨ ਉਹਨਾਂ ਦਾ ਹੀ ਸੀਗਾ, ਭਗਵੰਤ ਮਾਨ ਦੀ ਖਿਲਾਫਤ 'ਚ ਗੱਲ ਜਾਂਦੀ ਸੀ, ਕਹਿੰਦੇ ਜੀ ਸ਼ਰਾਬ ਬਹੁਤ ਜ਼ਿਆਦਾ ਪੀਂਦਾ ਅਤੇ ਸ਼ਰਾਬੀ ਹੈ ਜੀ, ਉਹਨਾਂ ਦੇ ਉੱਪਰ ਇਲਜ਼ਾਮ ਲੱਗਦੇ ਸੀ। ਹੁਣ ਤਾਂ ਚੋਣ ਦੇ ਜਿਹੜੀ ਰੈਲੀ ਹੋਈ ਸੀਗੀ ਅਰਵਿੰਦ ਕੇਜਰੀਵਾਲ ਆਏ, ਉਹਨਾਂ ਨੇ ਆਪਣੀ ਮਾਤਾ ਨੂੰ ਨਾਲ ਖੜੇ ਹੋ ਕੇ ਕਹਿਤਾ ਜੀ ਕਿ ਮੈਂ ਤਾਂ ਸਹੁੰ ਖਾ ਰਿਹਾ ਜੀ, ਮੈਂ ਛੱਡਤਾ, ਮਾਤਾ ਨੇ ਵੀ ਕਹਿਤਾ, ਤੁਹਾਨੂੰ ਲੱਗਦਾ ਕਿ ਇੱਕ ਪੁਆਇੰਟ ਸੀਗਾ ਜਿਹੜੀ ਉਹਨਾਂ ਦੀ ਖਿਲਾਫਤ ਦਾ, ਹੁਣ ਉਹ ਵੀ ਖਤਮ ਹੋ ਗਿਆ? ਐਸੀ ਕੋਈ ਗੱਲ ਨਹੀਂ, ਲੋਕਾਂ ਨੂੰ ਸਿਰਫ ਇੱਕ ਪੁਆਇੰਟ ਨਾਲ ਕਰਕੇ ਹੀ ਨਹੀਂ ਚੰਗਾ ਜਾਂ ਮਾੜਾ ਸਮਝਦੇ, ਇਹ ਤਾਂ ਇੱਕ ਉਹਨਾਂ ਦੀ ਨਿੱਜੀ ਜ਼ਿੰਦਗੀ ਦਾ ਹਿੱਸਾ ਹੈ, ਜਿਹੜਾ ਉਹਨਾਂ ਛੱਡਦਾ, ਉਹਨਾਂ ਸਿਹਤ ਲਈ ਵੀ, ਉਹਨਾਂ ਘਰ ਲਈ ਵੀ, ਪਰਿਵਾਰ ਲਈ ਵੀ ਚੰਗਾ ਹੋਊਗਾ, ਲੋਕਾਂ ਲਈ ਵੀ ਹੋਣਾ। ਲੇਕਿਨ ਮੈਂ ਜਿਸ ਤਰ੍ਹਾਂ ਪਹਿਲਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਕੋਈ ਏਜੰਡਾ ਹੀ ਨਹੀਂ ਬਣਿਆ ਅੱਜ ਤੱਕ, ਆਮ ਆਦਮੀ ਪਾਰਟੀ ਦਾ ਵਜੂਦ ਜੋ ਪਿਛਲੀ ਇਲੈਕਸ਼ਨ ਵੇਲੇ ਸੀ, ਅੱਜ ਉਹ 10 ਟੁਕੜਿਆਂ 'ਚ ਵੰਡੇ ਗਏ ਨੇ, ਅੱਜ ਉਹ ਖਤਮ ਹੋ ਗਿਆ, ਅੱਜ ਝਾੜੂ ਦਾ ਤੀਲਾ ਤੀਲਾ ਹੋ ਗਿਆ। ਇਸ ਲਈ ਤੁਸੀਂ ਇਹ ਨਾ ਸੋਚੋ ਕਿ ਉਹ 5.5 ਲੱਖ ਵੋਟਾਂ ਜਿੱਤਿਆ ਸੀ, ਇਦੋਂ ਵੱਧ ਵੋਟਾਂ ਨਾਲ ਇਸ ਵਾਰ ਕਾਂਗਰਸ ਪਾਰਟੀ ਉੱਥੇ ਜਿੱਤ ਕੇ ਦਿਖਾਓਗੀ। ਰਾਈਟ ਬੀਬੀ ਜੀ, ਇੱਕ ਤੁਹਾਡੇ ਤੇ ਇਲਜ਼ਾਮ ਲੱਗਦੇ ਆਏ ਸੀ ਹਮੇਸ਼ਾ, ਕਹਿੰਦੇ ਕਿ ਬੀਬੀ ਭੱਠਲ ਹਮੇਸ਼ਾ ਅਕਾਲੀ ਦਲ ਦੇ ਨਾਲ ਸਾਂਠ ਗਾਂਠ ਦੇ ਨਾਲ ਜਿੱਤਦੇ ਹੈ, ਅਕਾਲੀ ਦਲ ਲਈ ਮਤਲਬ ਕਿ ਹਮੇਸ਼ਾ ਇਹਨਾਂ ਨੂੰ ਜਿਤਾ ਕੇ ਭੇਜ ਦਿੰਦਾ ਵਿਧਾਨ ਸਭਾ ਦੇ ਵਿੱਚ, ਅਤੇ ਇਸ ਵਾਰ ਵੀ ਭਰੋਸਾ ਕਿ ਸ਼ਾਇਦ ਅਕਾਲੀ ਦਲ ਹੈਲਪ ਕਰਦੇ ਤੁਹਾਡਾ ਤਾਂ ਤੁਸੀਂ ਸਿੱਧਾ ਸੰਸਦ ਪਹੁੰਚ ਜਾਓ? ਇਸ ਗੱਲ ਦਾ ਸਬੂਤ ਮੈਨੂੰ ਨਹੀਂ ਸਮਝ ਆਉਂਦੀ ਕਿ ਕਿਉਂ ਨਹੀਂ ਲੋਕ ਦੇਖ ਚੁੱਕੇ। ਇੱਕ ਵਾਰ ਮੈਂ ਇਲੈਕਸ਼ਨ ਪਹਿਲਾਂ ਲੜੀ ਸੀ, ਮੇਰੇ ਮੁਕਾਬਲੇ 'ਚ ਅਕਾਲੀ ਦਲ ਨੇ ਪਟਿਆਲੇ ਤੋਂ ਲਿਆ ਕੇ ਸਭ ਤੋਂ ਸਟਰੋਂਗ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜ ਦਾ ਤਾਰਿਆ ਸੀ, ਜੇ ਮੇਰੀ ਉਹਨਾਂ ਨਾਲ ਬਣਦੀ ਹੁੰਦੀ, ਸਾਂਢ ਗੰਢ ਹੁੰਦੀ, ਤਾਂ ਉਹ ਮੈਨੂੰ ਈਜ਼ੀ ਉਮੀਦਵਾਰ ਦਿੰਦੇ, ਨੰਬਰ 1। ਨੰਬਰ 2, ਇਸ ਵਾਰ ਪਤਾ ਸੀ ਕਿ ਬੀਬੀ ਭੱਠਲ ਨੇ ਸ਼ਾਇਦ ਨਾਮ ਜਾਂ ਮਿਹਨਤ ਜਾਂ ਆਪਣਾ ਉਹ ਤਾਂ ਕਮਾਇਆ ਹੋਊਗਾ, ਅਤੇ ਲੇਕਿਨ ਉਹਨੇ ਪੈਸਾ ਨਹੀਂ ਕਮਾਇਆ। ਇਸ ਵਾਰ ਵੀ ਸਭ ਤੋਂ ਵੱਧ ਅਮੀਰ ਆਦਮੀ, ਜਿਹੜੇ ਕਿ ਮੈਂ ਸਮਝਦੀ ਹਾਂ ਕਿ ਅਗਰ ਚਾਹੁਣ ਉਹ ਪੂਰਾ ਪੰਜਾਬ ਖਰੀਦ ਸਕਦੇ ਹੈ, ਅੱਜ ਅਕਾਲੀ ਦਲ ਨੇ ਸਟਰੋਂਗ ਉਮੀਦਵਾਰ ਜਿਹੜਾ ਫਰੈਸ਼ ਵੀ ਸੀ, ਪਹਿਲੀ ਵਾਰ ਲੜਨਾ ਸੀ ਅਤੇ ਪੈਸੇ ਵਾਲਾ ਵੀ ਸੀ, ਖਜ਼ਾਨਾ ਮੰਤਰੀ ਸੀ, ਉਹ ਲਿਆਂਦਾ। ਕੀ ਇਹ ਦੋਨਾਂ ਗੱਲਾਂ ਤੋਂ ਅੰਦਾਜ਼ਾ ਲਾ ਸਕਦੇ ਹੋ ਕੋਈ ਵੀ, ਜਾਂ ਤੁਸੀਂ ਕਿ ਮੇਰੇ ਨਾਲ ਅਕਾਲੀ ਦਲ ਦੀ ਸਾਂਢ ਗੰਢ ਹੈ ਜਾਂ ਸੀ? ਮੈਨੂੰ ਹਮੇਸ਼ਾ ਜੇ ਕੇਸ ਬਣੇ ਮੇਰੇ 'ਤੇ, ਤਾਂ ਅਕਾਲੀ ਦਲ ਦੀ ਸਰਕਾਰ ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ 'ਚ ਮੇਰੇ ਝੂਠੇ ਕੇਸ ਬਣੇ। ਇੱਕ ਵਾਰ ਮੈਂ ਨਾਭੇ ਕਿਸੇ ਵਿਚਾਰੇ ਹੈਂਡੀਕੈਪਟ ਦੇ ਘਰ ਚਲੀ ਗਈ, ਉਹਨੂੰ ਮਾਰਤਾ ਸੀ, ਉਹਨਾਂ ਦੇ ਬੱਚੀਆਂ ਦੇ ਕੋਲੇ ਮੈਂ ਅਫਸੋਸ ਕਰਨ ਗਈ, ਮੈਂ ਚੰਡੀਗੜ੍ਹ ਨਹੀਂ, ਬੜੀ ਪਹਿਲਾਂ ਬਾਦਲ ਸਾਹਿਬ ਨੇ ਮੇਰੇ 'ਤੇ ਕੇਸ ਦਰਜ ਕਰਤਾ। ਸੋ ਇਸ ਲਈ ਮੈਨੂੰ ਕੋਈ ਕੀ ਕਹਿੰਦੇ ਨੇ ਕੀ ਨਹੀਂ ਕਹਿੰਦੇ, ਲੋਕਾਂ ਨੇ ਤਾਂ ਗੁਰੂਆਂ ਨੂੰ ਨਹੀਂ ਬਖਸ਼ਿਆ, ਪੀਰਾਂ ਨੂੰ ਨਹੀਂ ਬਖਸ਼ਿਆ, ਮੈਂ ਉਹਦੀ ਕੋਈ ਸਫਾਈ ਨਹੀਂ ਦੇਣਾ ਚਾਹੁੰਦੀ, ਲੇਕਿਨ ਹਾਲਾਤਾਂ ਤੋਂ ਅੰਦਾਜ਼ਾ ਲੋਕ ਲਾ ਸਕਦੇ ਹੈ, ਅਸੀਂ ਡੈਮੋਕ੍ਰੇਟਿਕ ਲੋਕ ਹਾਂ, ਪਬਲਿਕ ਦੇ ਅਸੀਂ ਨੁਮਾਇੰਦੇ ਹਾਂ, ਅਸੀਂ ਜਵਾਬ ਦੇ ਹਾਂ ਪਬਲਿਕ ਅੱਗੇ, ਇਹ ਸਾਰੇ ਇੰਸੀਡੈਂਟਾਂ ਤੋਂ ਅੰਦਾਜ਼ਾ ਪਬਲਿਕ ਵੀ ਲਗਾ ਸਕਦੀ ਹੈ, ਸਾਰਾ ਤੁਹਾਡਾ ਮੀਡੀਆ ਜਿਹੜਾ ਇਸ ਗੱਲ ਨੂੰ ਕਈ ਵਾਰ ਲੈ ਆਉਂਦਾ ਉਹ ਵੀ ਲਾ ਸਕਦਾ ਹੈ। ਬੀਬੀ ਜੀ, ਹੁਣ ਮੈਂ ਜਾਣਨਾ ਚਾਹਾਂਗਾ ਕਿ ਇਸੀ ਸੀਟ ਦੇ ਉੱਪਰ ਕਾਫੀ ਦਾਅਵੇਦਾਰੀਆਂ ਹੋਰ ਵੀ ਨੇ ਤੁਹਾਡੀ, ਹਾਲਾਂਕਿ ਤੁਸੀਂ ਸਭ ਤੋਂ ਸੀਨੀਅਰ ਹੋ ਕਾਂਗਰਸ ਪਾਰਟੀ ਦੇ ਵਿੱਚ, ਤੁਹਾਡੀ ਦਾਅਵੇਦਾਰੀ ਕਿੰਨੀ ਸਟਰੋਂਗ ਹੈ? ਕੋਈ ਕੇਵਲ ਸਿੰਘ ਢਿੱਲੋਂ ਵੀ ਲੱਗੇ ਹੋਏ ਨੇ, ਬਾਕੀ ਉਮੀਦਵਾਰ ਵੀ ਨੇ, ਅਜਿਹੇ ਦੇ ਵਿੱਚ ਹਾਈ ਕਮਾਂਡ ਦੇ ਨਾਲ ਤੁਹਾਡੀ ਕੀ ਗੱਲਬਾਤ ਹੋਈ ਹੈ? ਕੁਛ ਮਤਲਬ ਕਿ ਗ੍ਰੀਨ ਸਿਗਨਲ ਤੁਹਾਨੂੰ ਮਿਲਿਆ ਹੈ ਜਾਂ ਲੈਣ ਵਾਸਤੇ ਗ੍ਰੀਨ ਸਿਗਨਲ ਤੁਸੀਂ ਦਿੱਲੀ ਡੇਰੇ ਲਾਏ ਆ? ਨਹੀਂ, ਮੈਂ ਆਪਣੇ ਤੌਰ 'ਤੇ ਆਪਣੀ ਰਿਕੁਐਸਟ ਭੇਜੀ ਹੈ ਕਿ ਅਗਰ ਪਾਰਟੀ ਸਮਝਦੀ ਹੈ ਇਸ ਵਾਰ ਮੈਨੂੰ ਉੱਥੇ ਲੜਨਾ ਚਾਹੀਦਾ, ਤਾਂ ਮੈਂ ਦੱਸਿਆ ਕਿ ਮੈਂ ਬਿਲਕੁਲ ਤਿਆਰ ਵਰ ਤਿਆਰ ਹਾਂ। ਪਾਰਟੀ ਨੇ ਕਈ ਐਂਗਲਾਂ ਤੋਂ ਦੇਖਣਾ ਹੁੰਦਾ, ਹਾਈ ਕਮਾਂਡ ਨੇ ਕਈ ਐਂਗਲਾਂ ਤੋਂ ਦੇਖਣਾ ਹੁੰਦਾ, ਇਸ ਲਈ ਅਸੀਂ ਸਾਰਿਆਂ ਨੇ ਇੱਕ ਗੱਲ ਕਾਮਨ ਹੈ ਸਾਡੇ 'ਚ ਕੀਤੀ ਹੈ, ਚਾਹੇ ਜਿਹੜੇ ਦੂਜੇ ਉਮੀਦਵਾਰ ਉਹ ਹੋਣ ਜਾਂ ਮੈਂ ਹੋਵਾਂ, ਕਿ ਇਸ ਵਾਰ ਸਿਰਫ ਇੱਕ ਸੀਟ ਲੜਨਾ ਜਾਂ ਸਿਰਫ ਆਪਣਾ MP ਬਣਨ ਦਾ ਸਵਾਲ ਨਹੀਂ, ਇਸ ਵਾਰ ਦੇਸ਼ ਨੂੰ
ਚੁੰਗਲ ਤੋਂ ਮੋਦੀ ਦੇ ਝੂਠੇ ਲਾਰਿਆਂ ਦੇ ਚੁੰਗਲ ਤੋਂ ਬਚਾਉਣਾ ਤੇ ਬੀਜੇਪੀ ਦੇ ਜਿਹੜੀ ਫਿਰਕਾ ਪ੍ਰਸਤ ਪਾਰਟੀ ਹੈ ਉਹਦੇ ਚੁੰਗਲ ਤੋਂ ਬਚਾਉਣ ਵਾਸਤੇ ਸਾਨੂੰ ਆਪਣਾ ਪੂਰਾ ਸੀਰੀਅਸਲੀ ਲੜਨਾ ਚਾਹੀਦਾ ਆਪਣੀ ਇਲੈਕਸ਼ਨ ਪਾਰਟੀ ਲਈ। ਉਮੀਦਵਾਰ ਕੋਈ ਵੀ ਹੋਵੇ ਸਾਰੇ ਇਕਜੁੱਟ ਹੋ ਕੇ ਅਸੀਂ ਨਾਲ ਖੜਾਂਗੇ। ਬੀਬੀ ਜੀ, ਪਰ ਸੁਖਬੀਰ ਬਾਦਲ ਦਾ ਬਿਆਨ ਆ ਰਿਹਾ, ਉਹ ਕਹਿੰਦੇ ਕਿ ਮਤਲਬ ਕਿ ਹਰ ਹਾਲਤ 'ਚ ਜਿੱਤਾਂਗੇ ਅਸੀਂ, ਅਤੇ ਮਤਲਬ ਕਿ ਭਾਜਪਾ ਦੇ ਨਾਲ ਉਹਨਾਂ ਦੀ ਭਾਈਵਾਲੀ ਹੈ ਅਤੇ ਲੋਕ ਜਿਹੜਾ ਹੈ ਇਸ ਵਾਰ ਸਰਪ੍ਰਾਈਜ਼ ਦੇਣਗੇ ਬਿਲਕੁਲ ਹੀ ਚੋਣਾਂ ਦੇ ਵਿੱਚ। ਉਹ ਤਾਂ ਕਹਿੰਦਾ ਸੀ 25 ਸਾਲ ਰਾਜ ਕਰਾਂਗੇ, ਕੋਈ ਯਕੀਨ ਕਰ ਸਕਦਾ ਸੁਖਬੀਰ ਸਿੰਘ ਬਾਦਲ ਤੇ ਜਿਹੜਾ ਕਹਿੰਦਾ ਸੀ 25 ਸਾਲ ਰਾਜ ਕਰਾਂਗੇ? ਮੈਂ ਅੱਜ ਕਹਿਣਾ ਚਾਹੁੰਦੀ ਹਾਂ ਕਿ ਜੋ ਉਹਨਾਂ ਦੀ ਪਾਰਟੀ ਦਾ ਅੱਜ ਹਸ਼ਰ ਹੋਇਆ ਪਹਿਲਾਂ ਤੋਂ ਲੈ ਕੇ ਟੌੜਾ ਸਾਹਿਬ ਤੋਂ ਲੈ ਕੇ ਕਿਸ ਕਿਸ ਤਰੀਕੇ ਦੇ ਨਾਲ ਸਿਮਰਜੀਤ ਮਾਨ ਉਹਨਾਂ ਤੋਂ ਲੈ ਕੇ ਇਹਨਾਂ ਦੀ ਪਾਰਟੀ ਟੁੱਟਦੀ ਗਈ ਹੈ, ਅੱਜ ਬਿਲਕੁਲ ਕਚੁੰਬਰ ਨਿਕਲ ਗਿਆ। ਇਹਨਾਂ ਦੀ ਪਾਰਟੀ ਨੂੰ ਸਿਆਸੀ ਸੰਨਿਆਸ 25 ਸਾਲ ਦਾ ਮਿਲੂਗਾ। ਇਹ ਜਿਹੜਾ ਕ੍ਰਿਸ਼ਮਾ, ਵਾਕਈ ਉਹਨੇ ਸਹੀ ਗੱਲ ਕਹੀ ਹੈ, ਕ੍ਰਿਸ਼ਮਾ ਹੀ ਦਿਖਾਉਣਗੇ ਅਕਾਲੀ ਦਲ ਨੂੰ ਜਿੱਥੇ ਮਾੜੀਆਂ ਮੋਟੀਆਂ ਹਿੰਦੂ ਆਪਣੇ ਪੰਜਾਬ ਦੀ ਹਿਸਟਰੀ 'ਚ ਸਭ ਤੋਂ ਘੱਟ ਸੀਟਾਂ ਅਕਾਲੀ ਦਲ ਨੂੰ ਇਸ ਵਾਰ ਮਿਲੀਆਂ। ਇਸ ਵਾਰ ਕੋਰਾ ਆਪਣੀ ਘਰ ਦੀ ਸੀਟ ਵੀ ਗਵਾਉਣਗੇ, ਕੋਰਾ ਪੰਜਾਬ ਦੇ ਲੋਕਾਂ ਤੋਂ ਨਾਂ ਵਰਗਾ ਜਵਾਬ ਲੈ ਕੇ ਇਹਨਾਂ ਦੀਆਂ ਜਵਾਨਤਾਂ ਜਬਤ ਹੋਣਗੀਆਂ ਉਮੀਦਵਾਰਾਂ ਦੀਆਂ। ਔਰ ਇੱਕ ਕ੍ਰਿਸ਼ਮਾ ਜੀ ਨੂੰ ਸੁਖਬੀਰ ਬਾਦਲ ਨੇ ਕਿਹਾ ਕਿ ਅਸੀਂ ਦਿਖਾਵਾਂਗੇ ਤੁਹਾਨੂੰ, ਅੱਜ ਕੋਈ ਵੀ ਸੀਟ ਕਿਸੇ ਵੀ ਥਾਂ ਤੇ ਨਾ ਇਸ ਪਾਰਲੀਮੈਂਟ 'ਚ ਨਾ ਆਉਣ ਵਾਲੇ ਕਈ ਸਾਲ 15 ਸਾਲ ਉਹ ਅਸੈਂਬਲੀ 'ਚ ਕੋਈ ਸੀਟ ਲੈ ਸਕਣ। ਇਹ ਆਪਣੀ ਪਾਰਟੀ ਨੂੰ ਬਚਾਉਣ 'ਚ ਲੱਗੇ ਹੋਏ ਨੇ, ਜਿਹੜੀ ਬਚਦੀ ਨਜ਼ਰ ਨਹੀਂ ਆਉਂਦੀ। ਬੀਬੀ ਜੀ, ਥੋੜਾ ਇਹ ਦੱਸੋ, ਇਹਨਾਂ ਦੇ ਮੁੱਦੇ ਜਿਹੜੇ ਸੀ, ਹਾਂ ਤੁਸੀਂ ਉਹ ਇਹਨਾਂ ਦੇ ਮੁੱਦੇ ਵੀ ਜਿਸ ਤਰ੍ਹਾਂ ਸਾਡੇ ਮੈਂ ਬੀਬੀ ਜੀ ਇਹ ਜਾਣਨਾ ਚਾਹ ਰਿਹਾ ਕਿ ਜਿਵੇਂ ਤੁਸੀਂ ਗੱਲ ਕੀਤੀ ਅਕਾਲੀ ਦਲ ਦੀ, ਪਰ ਪੰਜਾਬ 'ਚ ਜਿਵੇਂ ਪੰਜਾਬ ਡੈਮੋਕਰੇਟਿਕ ਅਲਾਇੰਸ ਬਣਾਇਆ ਹੈ, ਇਹ ਸੁਖਪਾਲ ਖਹਿਰਾ, ਧਰਮਵੀਰ ਗਾਂਧੀ, ਸ਼੍ਰੋਮਣੀ ਅਕਾਲੀ ਦਲ ਟਕਸਾਲੀ, ਲੋਕ ਇਨਸਾਫ ਪਾਰਟੀ, ਇਹਨਾਂ ਛੋਟੀ ਪਾਰਟੀਆਂ ਦੇ ਇਸ ਅਲਾਇੰਸ ਨੂੰ ਕਿਵੇਂ ਵੇਖਦੇ ਹੋ? ਸਿਆਸੀ ਸਮੀਕਰਨ ਬਦਲਣਗੇ ਤੁਹਾਨੂੰ ਲੱਗਦਾ, ਕਿਉਂਕਿ 13 ਦੀ 13 ਲੋਕ ਸਭਾ ਸੀਟਾਂ ਦੇ ਉੱਪਰ ਇਹਨਾਂ ਨੇ ਖੜਨ ਦਾ ਐਲਾਨ ਕਰ ਦਿੱਤਾ ਹੈ? ਇਸ ਅਲਾਇੰਸ ਦਾ ਸਾਨੂੰ ਕਾਂਗਰਸ ਪਾਰਟੀ ਨੂੰ ਕੋਈ ਨੁਕਸਾਨ ਨਹੀਂ, ਜੇ ਨੁਕਸਾਨ ਹੈ ਤਾਂ ਉਹਨਾਂ ਦੀਆਂ ਪਾਰਟੀਆਂ, ਚਾਹੇ ਅਕਾਲੀ ਦਲ ਹੋਵੇ ਚਾਹੇ ਆਪ ਹੋਵੇ, ਉਹਨਾਂ ਨੂੰ ਉਹਦਾ ਨੁਕਸਾਨ ਹੋਊਗਾ। ਸਾਨੂੰ ਇਹਨਾਂ ਦਾ ਨਾ ਕੋਈ ਖਤਰਾ ਨਾ ਕੋਈ ਨੁਕਸਾਨ ਹੈ। ਇਹ ਸਾਰੀ ਚੀਜ਼ ਦੱਸਦੀ ਹੈ ਕਿ ਇਹ ਪਾਰਟੀਆਂ ਦਾ ਵਜੂਦ ਜਿਹੜਾ ਹੈਗਾ, ਮੇਨ ਜਿਹੜੀਆਂ ਪਾਰਟੀਆਂ ਪੁਰਾਣੀਆਂ ਕਹਾਉਂਦੀਆਂ ਆਉਂਦੀਆਂ, ਉਹਨਾਂ ਦਾ ਵਜੂਦ ਖੇਰੂ ਹੋ ਚੁੱਕਿਆ। ਅੱਜ ਖੁਦ ਉਹਨਾਂ ਦੇ ਹੀ ਲੋਕ ਉਹਨਾਂ ਪਾਰਟੀਆਂ 'ਚੋਂ ਨਿਕਲੇ ਹੋਏ ਲੋਕ ਉਹਨਾਂ ਦੇ ਬਾਰੇ ਦੱਸਦੇ ਹੈ, ਕਿਉਂਕਿ ਇਹੋ ਜਿਹੇ ਕਾਰਨਾਮੇ ਇਹਨਾਂ ਨੇ ਜੋ ਕੀਤੇ, ਜਿਹਨੂੰ ਸੱਤ ਕੇ ਲੋਕ ਆਏ ਨੇ। ਅੱਜ ਅਕਾਲੀ ਦਲ ਦਾ ਟਕਸਾਲੀ ਅਕਾਲੀ ਦਲ ਬਣਿਆ ਕਿਉਂ ਬਣਿਆ? ਬਰਗਾੜੀ ਕਾਂਡ ਜਿਹਨੂੰ ਸਾਰਾ ਕਾਂਗਰਸ ਪਾਰਟੀ ਸਮਝਦੀ ਸੀ, ਜਿਹਦੇ ਵਿੱਚ ਬਾਕਾਇਦਾ ਇਹ ਸਿੱਖਾਂ ਦੀ ਨੁਮਾਇੰਦਾ ਜਮਾਤ ਕਹਾਉਣ ਵਾਲੀ ਅਕਾਲੀ ਦਲ ਪਾਰਟੀ ਨੇ ਆਪਣੇ ਹੀ ਸਟੇਟ 'ਚ ਆਪਣੇ ਹੀ ਰਾਜ ਦੇ ਵਿੱਚ 71 ਲੋਕਾਂ 'ਤੇ ਗੋਲੀਆਂ ਚਲਾ ਕੇ, ਜਦੋਂ ਕਿ ਸਾਡੇ ਸਾਰੇ ਧਰਮਾਂ ਦਾ ਅਪਮਾਨ ਹੋਇਆ, ਚਾਹੇ ਉਹ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਦਾ ਮਾਮਲਾ ਹੋਇਆ, ਚਾਹੇ ਕੁਰਾਨ ਸ਼ਰੀਫ ਦਾ ਹੋਇਆ, ਚਾਹੇ ਕਿਸੇ ਦਾ ਹੋਇਆ, ਸਾਡੇ ਆਪਣੇ ਗੀਤਾ ਜੀ ਦਾ ਹੋਇਆ, ਉਹਨਾਂ ਸਾਰਿਆਂ ਦੇ ਉੱਤੇ ਇਹ ਕੁਛ ਨਹੀਂ ਕਰ ਸਕੇ, ਚੁੱਪ ਕਰਕੇ ਆਪਣੀ ਸਿਆਸੀ ਰੋਟੀਆਂ ਸਿੱਖਦੇ ਰਹੇ। ਇਸ ਲਈ ਲੋਕ ਇਹਨਾਂ ਨੂੰ ਮੂੰਹ ਨਹੀਂ ਲਾਉਣਗੇ, ਸਾਨੂੰ ਦੂਜੇ ਬਣੇ ਹੋਏ ਵਜੂਦ ਦਾ ਕੋਈ ਡਰ ਨਹੀਂ, ਇਹਨਾਂ ਪਾਰਟੀਆਂ ਨੂੰ ਜਿਨ੍ਹਾਂ ਦੇ ਵਿੱਚੋਂ ਨਿਕਲ ਕੇ ਆਏ ਨੇ। ਬੀਬੀ ਜੀ, ਇਹ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਜੇਕਰ ਗੱਲ ਕਰੀਏ, ਤੁਸੀਂ ਜਿਵੇਂ ਕਿਹਾ ਕਿ ਮਤਲਬ ਕਿ ਇਹ ਅਲੱਗ ਹੋ ਗਏ, ਟੁੱਟਦੀ ਆਈ ਹੈ ਪਾਰਟੀ, ਕਿੰਨਾ ਕੁ ਮਾਝੇ ਦੇ ਵਿੱਚ ਤੁਸੀਂ ਦੇਖਦੇ ਹੋ ਕਿ ਇਹਨਾਂ ਜਿਹੜੀ ਪਾਰਟੀ ਦਾ ਪ੍ਰਭਾਵ ਹੋ ਸਕਦਾ ਹੈ, ਇਹ ਖੁਦ ਦੀ ਪਾਰਟੀ ਨੂੰ ਖੋਰਾ ਲਗਾ ਸਕਦੀ ਹੈ ਅਕਾਲੀ ਦਲ ਤੋਂ ਜਿਨ੍ਹਾਂ ਤੋਂ ਆਏ ਆ? ਦੇਖੋ, ਮੈਂ ਇਹ ਉਹਨਾਂ ਦੀ, ਇਹ ਵੀ ਅਕਾਲੀ ਦਲ ਦਾ ਇੱਕ ਵਿੰਗ ਹੈ ਜਿਹੜਾ ਟੁੱਟ ਕੇ ਆਇਆ ਅਕਾਲੀ ਦਲ ਦੇ ਉੱਤੇ, ਜਿਹੜੇ ਅਸੀਂ ਕਾਂਗਰਸ ਪਾਰਟੀ ਕਹਿੰਦੇ ਆ ਰਹੇ ਸੀ ਕਿ ਗਲਤ ਹੋ ਰਿਹਾ ਗਲਤ ਹੋ ਰਿਹਾ, ਅੱਜ ਉਹਨਾਂ ਨੇ ਮੰਨ ਲਿਆ ਕਿ ਹਾਂ ਵਾਕਈ ਗਲਤ ਹੋਇਆ।
ਲੇਕਿਨ ਹਰ ਆਪਦੇ ਏਰੀਏ 'ਚ ਥੋੜ੍ਹਾ ਬਹੁਤ ਅਸਰ ਕਿਸਦਾ ਹੁੰਦਾ ਹੈ। ਮੈਂ ਇਹਨਾਂ ਦੇ ਵਿੱਚ ਜ਼ਿਆਦਾ ਪੈਣਾ ਨਹੀਂ ਚਾਹੁੰਦੀ, ਉਹਨਾਂ ਦੀ ਆਪਣੀ ਪਾਰਟੀ ਦੇ ਵਜੂਦ ਨੇ, ਕਿਸੇ ਵੀ ਪਾਰਟੀ ਕਿਸੇ ਵੀ ਗਰੁੱਪ ਦੇ ਉੱਪਰ ਕੋਈ ਬੇ ਟਾਈਮਾਂ ਕਮੈਂਟ ਨਹੀਂ ਕਰਨਾ ਚਾਹੀਦਾ, ਇਹ ਉਹਨਾਂ ਨੂੰ ਪਤਾ ਹੋਊਗਾ ਜਾਂ ਆਉਣ ਵਾਲੇ ਸਮੇਂ 'ਚ ਪੰਜਾਬ ਦੇ ਲੋਕ ਦੱਸਣਗੇ। ਰਾਈਟ ਬੀਬੀ ਜੀ, ਤੁਸੀਂ ਕਿਸਾਨ ਕਰਜ਼ਾ ਮਾਫੀ ਦੀ ਗੱਲ ਕੀਤੀ ਕਿ ਇਸ ਜਿਹੜਾ ਇਹ ਜਿਹੜਾ ਇਸ਼ੂ ਹੈ ਇਸ ਨੂੰ ਤੁਸੀਂ ਲੈ ਕੇ ਜਾਓਗੇ ਪੰਜਾਬ ਦੇ ਲੋਕਾਂ ਤੱਕ, ਕਿਸਾਨ ਕਰਜ਼ਾ ਮਾਫੀ ਦੇ ਜਿਹੜਾ ਇਸ਼ੂ ਨੂੰ ਹੀ ਤੁਸੀਂ ਬਾਕੀ 3 ਸਟੇਟਾਂ ਮੱਧ ਪ੍ਰਦੇਸ਼ ਰਾਜਸਥਾਨ ਛੱਤੀਸਗੜ੍ਹ ਉੱਥੇ ਵੀ ਲੈ ਕੇ ਗਏ, ਤੁਸੀਂ ਚਲੋ ਜਿੱਤ ਲਿਆ 3 ਸਟੇਟਾਂ ਉੱਥੇ, ਪਰ ਪੰਜਾਬ ਦੇ ਸਵਾਲ ਤਾਂ ਖੜੇ ਹੁੰਦੇ ਕਿਉਂਕਿ ਵਿਰੋਧੀ ਪਾਰਟੀਆਂ ਵੀ ਇਹ ਕਹਿ ਰਹੀਆਂ ਕਿ ਬਿਲਕੁਲ ਇਹ ਮਜ਼ਾਕ ਕੀਤਾ ਜਾ ਰਿਹਾ ਕਿ ਜੋ ਜਿੰਨਾ ਤੁਸੀਂ ਪ੍ਰਚਾਰ ਕਰ ਰਹੇ ਹੋ ਉਨਾ ਅਸਲ ਦੇ ਵਿੱਚ ਜ਼ਮੀਨੀ ਪੱਧਰ 'ਤੇ ਕਿਸਾਨਾਂ ਨੂੰ ਮਿਲ ਨਹੀਂ ਰਿਹਾ। ਰਕਮ ਬਹੁਤ ਵੱਡੀ ਹੈ ਸਰ, ਦਿਖਾਵੇ ਦੇ ਲਈ ਕਾਂਗਰਸ ਪਾਰਟੀ ਕਰ ਰਹੀ ਉਹ ਵੀ ਪੂਰਾ ਨਹੀਂ ਹੈ, ਨਾ ਕਾਫੀ ਹੈ। ਝੂਠ ਬੋਲਣ ਦੀ ਆਦਤ ਹੈ ਅਕਾਲੀ ਦਲ ਨੂੰ, ਅੱਜ ਇਹਨਾਂ ਕੋਲ ਕੋਈ ਮੁੱਦਾ ਨਹੀਂ ਰਹਿ ਗਿਆ, ਅੱਜ ਉਹ ਸਾਡੇ ਝੂਠੇ ਇਲਜ਼ਾਮ ਲਾਉਂਦੇ ਆ। ਮੈਂ ਇਹ ਦੱਸਣਾ ਚਾਹੁੰਦੀ ਹਾਂ ਅਕਾਲੀ ਦਲ ਨੂੰ ਕਿ ਤੁਸੀਂ ਜਾਓ ਜਿੰਨੇ ਕਿੰਨੇ ਲੱਖ ਲੋਕਾਂ ਨੂੰ ਅਸੀਂ ਦੋ ਤਰ੍ਹਾਂ ਦਿਆਂ ਨੂੰ ਪਹਿਲੇ 10 ਮਹੀਨਿਆਂ 'ਚ ਦਿੱਤਾ, 2 ਏਕੜ ਦਾ ਜਿਹੜਾ ਮਾਲਕ ਸੀ ਕਿਸਾਨ ਉਹਦਾ ਕਰਜ਼ਾ ਮਾਫ਼ ਕਰਕੇ ਐਨ ਗਰਾਊਂਡ 'ਚ ਜਾ ਕੇ ਪੰਜਾਬ 'ਚ ਖੜ ਕੇ ਹੋਕਰੇ ਦੇ ਕੇ ਹਾਕਾਂ ਦੇ ਕੇ ਅਸੀਂ ਉਹ ਕਰਜ਼ਾ ਮਾਫ਼ ਕੀਤਾ। ਸਾਥੋਂ ਰਿਕਾਰਡ ਲੈ ਲੈਣ ਕਿੰਨਾ ਕਿੰਨਾ ਨੂੰ ਮਾਫ਼ ਕੀਤਾ, ਪੁੱਛਿਆ ਉਹਨੂੰ ਜਾ ਕੇ ਵੀ ਸੱਚੀ ਮੁੱਚੀ ਪੈਸਾ ਮਿਲਿਆ ਕਿ ਨਹੀਂ ਮਿਲਿਆ। ਔਰ ਨੰਬਰ 2, ਅਜੇ 2 ਸਾਲ ਹੋਏ ਹੈ, ਅਸੀਂ ਹੁਣ 5 ਏਕੜ ਦਾ ਸੈਕਿੰਡ ਸਟੈਪ ਵੀ ਪੱਟ ਲਿਆ, 5 ਏਕੜ ਦੇ ਮਾਲਕ ਕਿਸਾਨ ਦਾ ਵੀ ਅਸੀਂ ਕਰਜ਼ਾ ਮਾਫ਼ ਕੀਤਾ। ਆ ਸਾਰਿਆਂ ਥਾਵਾਂ 'ਤੇ ਮੈਂ ਵੀ ਗਈ ਹਾਂ, ਲਹਿਰਾ ਗਾਗਾ ਸਾਰਿਆਂ ਥਾਵਾਂ 'ਤੇ, ਪਟਿਆਲਾ, ਹਰ ਸਾਰੇ ਪੰਜਾਬ 'ਚ ਹੋਇਆ। ਇਹ ਇੱਕ ਮੈਂ ਕਹਿੰਦਾ ਮਿਰੇਕਲ ਹੈ ਕਿ ਜਿਹੜਾ ਖਜ਼ਾਨਾ ਅਕਾਲੀ ਦਲ ਅਤੇ ਬੀਜੇਪੀ ਵਾਲੇ ਚੱਟ ਕੇ ਰੱਖ ਗਏ ਸੀ, ਇਹਨਾਂ ਨੂੰ ਪਤਾ ਸੀ ਇਹਨਾਂ ਨੇ ਆਉਣਾ ਨਹੀਂ, ਇਹਨਾਂ ਨੇ ਸਾਡੇ ਵਾਸਤੇ ਜਾਣ ਕੇ ਜਿਹੜਾ ਖਜ਼ਾਨਾ ਚੱਟਿਆ ਸੀ, ਇਹ ਖੁਦ ਹੈਰਾਨ ਨੇ, ਵਿਖਲਾਏ ਪਏ ਨੇ ਕਿ ਇਹ ਕੀ ਹੋ ਗਿਆ। ਅਸੀਂ ਉਹ ਕਰਜ਼ਾ ਮਾਫ਼ ਕਰਕੇ ਗੱਲ ਹੀ ਨਹੀਂ ਕੀਤੀ, ਮਾਫ਼ ਕਰਕੇ ਦਿਖਾਇਆ। ਸਾਥੋਂ ਰਿਕਾਰਡ ਲੈ ਲੈਣ, ਗੌਰਮੈਂਟ ਤੋਂ ਰਿਕਾਰਡ ਲੈ ਲੈਣ, ਜਾ ਕੇ ਪੁੱਛਣ ਉਹਨਾਂ ਲੋਕਾਂ ਨੂੰ ਹੋਇਆ ਕਿ ਨਹੀਂ ਹੋਇਆ ਜਿਹੜੇ ਰੋਜ਼ ਉੱਥੇ ਸਰਟੀਫਿਕੇਟ ਲੈ ਕੇ ਆਪਣੇ ਘਰਾਂ 'ਚ ਜਾਂਦੇ ਨੇ। ਪਰ ਬੀਬੀ ਜੀ, ਇਸ ਕਰਕੇ ਸਵਾਲ ਇਹ ਵੀ ਖੜੇ ਹੋ ਰਹੇ ਆ ਤੁਹਾਡੇ ਤੇ, ਅਕਾਲੀ ਦਲ ਨੇ ਇੱਕ ਵੀ ਤੁਹਾਡੀ ਸਰਕਾਰ ਤੇ ਸਵਾਲ ਇਹ ਵੀ ਖੜੇ ਕਰ ਰਹੇ ਨੇ ਕਿ ਜਿਹੜੀਆਂ ਵੈਲਫੇਅਰ ਸਕੀਮ ਸੀਗੀਆਂ, ਗਰੀਬ ਭਲਾਈ ਸਕੀਮਾਂ ਸੀਗੀਆਂ ਪਿਛਲੀ ਸਰਕਾਰ ਚੱਲਦੀਆਂ ਸੀਗੀਆਂ, ਭਾਵੇਂ ਉਹ ਸ਼ਗਨ ਸੀ, ਆਟਾ ਦਾਲ ਸੀ, ਜਾਂ ਬਜ਼ੁਰਗਾਂ ਨੂੰ ਪੈਨਸ਼ਨ ਸੀ, ਬੱਚਿਆਂ ਨੂੰ ਸਾਈਕਲ ਸੀ, ਵਟਐਵਰ, ਕਈ ਜਿਹੜੀਆਂ ਸਕੀਮਾਂ ਸੀਗੀਆਂ ਤੁਸੀਂ ਆ ਕੇ ਸਾਰੀਆਂ ਹੀ ਬੰਦ ਕਰਤੀਆਂ, ਜਾਂ ਤਾਂ ਪੈਸੇ ਨਹੀਂ ਮਿਲ ਰਹੇ, ਅਤੇ ਖਾਸ ਤੌਰ ਦੇ ਉੱਪਰ ਜਿਸ ਤਰੀਕੇ ਨਾਲ ਅਧਿਆਪਕ ਜਿਹੜੇ ਪੰਜਾਬ 'ਚ ਪਰੇਸ਼ਾਨ ਹੈ, ਇਹ ਮੁੱਦੇ ਤੁਹਾਡੀ ਸਰਕਾਰ ਦੇ ਖਿਲਾਫ ਜਾਂਦੇ ਆ, ਅਜਿਹੇ 'ਚ ਤੁਹਾਨੂੰ ਲੱਗਦਾ ਕਿ ਇੰਨਾ ਸੌਖਾ ਹੋਏਗਾ ਤੁਹਾਡੇ ਲਈ 13 ਦੀ 13 ਸੀਟਾਂ 'ਤੇ ਕਬਜ਼ਾ ਕਰਨਾ? ਦੇਖੋ, ਅਸੀਂ ਪੰਜਾਬ ਦੇ ਲੋਕ ਦਿਖਾ ਚੁੱਕੇ ਨੇ ਇਹ ਸਾਰੀਆਂ ਚੀਜ਼ਾਂ ਦੇ ਬਾਵਜੂਦ ਸਾਨੂੰ ਜਿਤਾਇਆ, 3-tier ਸਿਸਟਮ ਸਾਨੂੰ ਪੰਚਾਇਤੀ ਰਾਜ 'ਚ ਜਿਤਾ ਕੇ ਦਿਖਾਇਆ ਉਹਨਾਂ ਨੇ ਬਾਕਾਇਦਾ। ਇਸੇ ਲਈ ਮੈਂ ਸਮਝਦੀ ਹਾਂ ਕਿ ਅਸੀਂ ਕੋਈ ਸਕੀਮ ਬੰਦ ਨਹੀਂ ਕੀਤੀ, ਇਹ ਸਕੀਮਾਂ ਦਾ ਅਸੀਂ ਜ਼ਰੂਰ ਨਿਰੀਖਣ ਕਰ ਰਹੇ ਹਾਂ, ਕਿਉਂਕਿ ਪਿੱਛੇ ਅਕਾਲੀ ਦਲ ਨੇ ਕੀ ਕੀਤਾ ਸੀ, ਅਸੀਂ ਹੁਣ ਦਿਖਾਵਾਂਗੇ, ਰਿਕਾਰਡ ਪੇਸ਼ ਕਰਾਂਗੇ, ਔਰ ਲੋਕ ਇਹਨਾਂ ਦੇ ਜੁੱਤੀਆਂ ਲਾਉਣਗੇ ਇਸ ਦੇਖ ਕੇ। ਇਹਨਾਂ ਨੇ ਪੂਰੇ ਜਿਹੜੇ ਅਮੀਰ ਆਦਮੀ ਰੱਜੇ ਪੁੱਜੇ ਆਦਮੀ ਹੈ ਅਕਾਲੀ ਦਲ ਦੇ ਹੈਗੇ ਆ, ਉਹਨਾਂ ਦੀਆਂ ਪੈਨਸ਼ਨਾਂ ਲਾਈਆਂ, ਉਹਨਾਂ ਨੂੰ ਮੁਆਵਜ਼ੇ ਦਿੱਤੇ, ਉਹਨਾਂ ਨੂੰ ਆਟੇ ਦਾਲ ਦੇ ਕਾਰਡ ਬਣਾਏ। ਜੇ ਕੋਈ ਗਰੀਬ ਹੈ ਉਹ ਪਰ ਅਕਾਲੀ ਦਲ ਦਾ ਮੈਂਬਰ ਨਹੀਂ, ਕਾਂਗਰਸੀ ਜਾਂ ਕਿਸੇ ਹੋਰ ਪਾਰਟੀ ਦਾ, ਕਮਿਊਨਿਸਟ ਪਾਰਟੀ ਦਾ, ਉਹਨਾਂ ਦੇ ਇਹਨਾਂ ਨੇ ਲਾਈਨ ਮਾਰਤੀ ਸੀ ਕਾਰਡਾਂ 'ਤੇ। ਅਸੀਂ ਉਹ ਨਿਰੀਖਣ ਜ਼ਰੂਰ ਕਰ ਰਹੇ ਹਾਂ ਕਿ ਜਿਹੜੇ ਲਾਭਪਾਤਰੀ ਨਜਾਇਜ਼ ਲੈ ਰਹੇ ਨੇ ਉਹਨੂੰ ਅਸੀਂ ਬਿਲਕੁਲ ਨਹੀਂ, ਇਸ ਤਰ੍ਹਾਂ ਨਜਾਇਜ਼ ਲੈਣ ਵਾਲਿਆਂ ਦੇ ਬਾਰੇ ਅਸੀਂ ਵਿਚਾਰ ਕਰਾਂਗੇ, ਲੇਕਿਨ ਅਸੀਂ ਉਸ ਤੋਂ ਪਹਿਲਾਂ ਜਿਹੜੇ ਜਾਇਜ਼ ਲੋਕ ਹੈ, ਹੱਕ ਬਜਾਨਬ ਨੇ, ਉਹਨਾਂ ਨੂੰ ਅਸੀਂ ਇਹ ਸਾਰੀਆਂ ਰਾਹਤਾਂ ਸਕੀਮਾਂ ਵਿੱਚ ਪੂਰਾ ਦੇਵਾਂਗੇ। ਅਸੀਂ ਬਾਕਾਇਦਾ ਪੈਨਸ਼ਨ ਵੀ 700 ਕੀਤੀ ਹੈ, ਹਰ ਚੀਜ਼ ਵਧਾਈ ਹੈ, ਆਟਾ ਦਾਲ ਦੇ ਵਿੱਚ ਵੀ ਅਸੀਂ ਐਡ ਕੀਤਾ, ਹੋਰ ਕੁਛ, ਅਸੀਂ ਇਹ ਸਾਰਾ ਕੁਛ ਪੂਰਾ ਕਰਾਂਗੇ, ਲੇਕਿਨ ਇਹਦਾ ਅਸੀਂ ਪੜਤਾਲ ਕਰ ਰਹੇ ਹਾਂ ਜਿਹੜਾ ਇਹਨਾਂ ਨੇ ਨਜਾਇਜ਼ ਕੀਤਾ ਸੀ ਅਕਾਲੀ ਦਲ। ਰਾਈਟ ਬੀਬੀ ਜੀ, ਮੈਂ ਥੋੜ੍ਹਾ ਜਿਹਾ ਨੈਸ਼ਨਲ ਜਾਣਨਾ ਚਾਹਾਂਗਾ, ਕਿਉਂਕਿ ਜਿਸ ਤਰੀਕੇ ਦੇ ਨਾਲ ਕਿਹਾ ਜਾ ਰਿਹਾ ਕਿ ਮਹਾਗਠਬੰਧਨ ਬਣੇਗਾ, ਕਦੋਂ ਬਣੇਗਾ, ਹਾਲੇ ਤਾਂ ਉਹਦੀ ਰੂਪਰੇਖਾ ਫਾਈਨਲ ਨਹੀਂ ਹੋਈ,
ਯੂਪੀ ਦੇ ਵਿੱਚ ਵੱਖਰਾ ਸਪਾ ਬਸਪਾ ਨੇ ਆਪਣਾ ਬਣਾ ਲਿਆ, ਕੀ ਰਾਹੁਲ ਗਾਂਧੀ ਜਿਨ੍ਹਾਂ ਦਾ ਜਿਨ੍ਹਾਂ ਨੂੰ ਹੁਣ ਸਾਥ ਮਿਲ ਰਿਹਾ ਪ੍ਰਿਯੰਕਾ ਗਾਂਧੀ ਦਾ, ਦੋਨੋਂ ਭੈਣ ਭਰਾ ਤੁਹਾਨੂੰ ਲੱਗਦਾ ਹੈ ਕਿ ਕਾਂਗਰਸ ਪਾਰਟੀ ਨੂੰ ਕਾਂਗਰਸ ਪਾਰਟੀ ਦੀ ਨਈਆਂ ਨੂੰ ਪਾਰ ਲੈ ਜਾਣਗੇ, ਮੋਦੀ ਨੂੰ ਹਰਾ ਪਾਉਣ ਦੇ ਵਿੱਚ ਕਾਮਯਾਬ ਹੋਣਗੇ? ਬਿਲਕੁਲ ਇਸ 'ਚ ਕੋਈ ਸ਼ੱਕ ਨਹੀਂ ਅਤੇ ਦੋ ਰਾਏ ਨਹੀਂ। ਰਾਹੁਲ ਗਾਂਧੀ ਜੀ ਨੇ ਜਿਸ ਤਰੀਕੇ ਨਾਲ ਕਿੰਨਿਆਂ ਸਾਲਾਂ ਤੋਂ ਲਗਾਤਾਰ ਮਿਹਨਤ ਸੰਘਰਸ਼ ਅਤੇ ਘੋਲ ਕੀਤਾ ਕਾਂਗਰਸ ਪਾਰਟੀ ਲਈ, ਉਹ ਇੱਕ ਸਾਡੇ ਸਾਰਿਆਂ ਲਈ ਚਾਨਣ ਮਨਾਰਾ ਨੇ। ਔਰ ਅੱਜ ਮੋਦੀ ਅਤੇ ਬੀਜੇਪੀ ਬਖਲਾਏ ਪਏ ਹੈ, ਅੱਜ ਉਹਨਾਂ ਨੂੰ ਗੱਲ ਨਹੀਂ ਆਉਣ ਰਹੀ, ਅੱਜ ਉਹ ਟੇਢੇ ਮਿੰਗੇ ਤਰੀਕੇ ਦੇ ਨਾਲ ਸਾਨੂੰ ਡਾਊਨ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਹੈ, ਲੇਕਿਨ ਚੰਦਰਮਾ ਕਦੇ ਡਾਊਨ ਨਹੀਂ ਹੁੰਦਾ ਹੁੰਦਾ। ਇਸ ਲਈ ਰਾਹੁਲ ਗਾਂਧੀ ਜੀ ਬਾਕਾਇਦਾ ਪੂਰੀ ਸਾਡੀ ਪਾਰਟੀ ਦੀ ਕਮਾਂਡ ਫੜ ਕੇ ਅੱਜ ਕਲੀਅਰ ਕਰਤਾ, ਲੋਕਾਂ ਵਿੱਚ ਇਹ ਗੱਲ ਆ ਗਈ ਹੈ ਕਿ ਮੋਦੀ ਗਿਆ ਔਰ ਰਾਹੁਲ ਜੀ ਆਏ। ਦੂਸਰੇ ਪਾਸੇ ਪ੍ਰਿਯੰਕਾ ਜੀ ਦੀ ਗੱਲ ਕੀਤੀ ਹੈ, ਇਹ ਹੋਰ ਵੀ ਖੁਸ਼ੀ ਦੀ ਗੱਲ ਹੈ, ਕਿਉਂਕਿ ਸੋਨੇ ਤੇ ਸੁਹਾਗਾ ਬਾਕਾਇਦਾ, ਜਿਸ ਤਰ੍ਹਾਂ ਕਹਿੰਦੇ ਰਾਹੁਲ ਗਾਂਧੀ ਜੀ ਇੱਕ ਖਰਾ ਸੋਨਾ ਬਣ ਕੇ ਅੱਗੇ ਉੱਭਰ ਰਹੇ ਸੀ ਪਾਰਟੀ ਦੀ ਕਮਾਂਡ ਲੈ ਕੇ, ਅੱਜ ਸੋਨੇ ਤੇ ਸੁਹਾਗੇ ਦੀ ਤਰ੍ਹਾਂ ਦੋਨੋਂ ਭੈਣ ਭਰਾ ਦੀ ਜੋੜੀ ਜਿਹੜੀ ਹੈਗੀ ਹੈ, ਇਹ ਉਸ ਪਰਿਵਾਰ ਦਾ ਬੱਚੇ ਨੇ ਜਿਹੜੇ ਪਰਿਵਾਰ ਨੇ ਦੇਸ਼ ਤੇ ਕੌਮ ਲਈ ਜਾਨਾਂ ਵਾਰੀਆਂ ਨੇ। ਅੱਜ ਕਿਸੇ ਵੀ ਪਾਰਟੀ ਕੋਲ ਇਸ ਤਰ੍ਹਾਂ ਦਾ ਪਰਿਵਾਰ ਜਾਂ ਉਹਨਾਂ ਦੇ ਲੋਕ ਹੈ ਨਹੀਂ, ਜਿੰਨਾ ਪਾਰਟੀਆਂ ਨੇ ਆਪਣੇ ਜਿੰਨਾ ਲੀਡਰਾਂ ਨੇ ਆਪਣੇ ਦੇਸ਼ ਕੌਮ ਵਾਸਤੇ ਇੱਕ ਇੱਕ ਨਹੀਂ ਦੋ ਦੋ ਤਿੰਨ ਤਿੰਨ ਆਪਣੇ ਲੋਕਾਂ ਦੀਆਂ ਸ਼ਹਾਦਤਾਂ ਪਰਿਵਾਰ ਦੇ ਮੈਂਬਰਾਂ ਦੀਆਂ ਝੋਲੀ ਵਿੱਚ ਪਾਈਆਂ ਹੋਣ। ਇਸ ਲਈ ਰਾਹੁਲ ਗਾਂਧੀ ਜੀ ਜਾਂ ਪ੍ਰਿਯੰਕਾ ਜੀ, ਇਹ ਇੱਕ ਆਮ ਇਨਸਾਨ ਨਹੀਂ, ਰਾਹੁਲ ਗਾਂਧੀ ਜੀ ਜਾਂ ਪ੍ਰਿਯੰਕਾ ਜੀ ਇਹ ਇੱਕ ਐਸੀਆਂ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਚਾਨਣ ਮਨਾਰਾ ਬਣ ਕੇ ਸਾਡੇ ਦੇਸ਼ ਨੂੰ ਪਹਿਲਾਂ ਗੋਰੇ ਅੰਗਰੇਜ਼ਾਂ ਤੋਂ ਇਹਨਾਂ ਦੇ ਵੱਡਿਆਂ ਨੇ ਆਜ਼ਾਦ ਕਰਾਇਆ, ਅੱਜ ਇਹ ਕਾਲੇ ਮੋਦੀ ਹੋਰੀ ਅੰਗਰੇਜ਼ਾਂ ਤੋਂ ਇਹ ਆਜ਼ਾਦ ਕਰਾਉਣ ਵਾਸਤੇ ਤਤਪਰ ਹੋਏ ਵੇ ਨੇ। ਅਸੀਂ ਸਾਰੇ ਪੂਰੀ ਤਰ੍ਹਾਂ ਨਾਲ ਕਾਂਗਰਸ ਪਾਰਟੀ ਦੇ ਸਰਕਾਰ ਸਾਡੇ ਲੈ ਕੇ ਆਉਣਗੇ ਲੀਡਰ। ਰਾਈਟ ਬੀਬੀ ਜੀ, ਤੁਸੀਂ ਕਹਿ ਰਹੇ ਹੋ ਕਿ ਯੂਨਾਈਟਿਡਲੀ ਸਾਰੇ ਇਕੱਠੇ ਹੋ ਕੇ ਤੁਸੀਂ ਇਸ ਵਾਰ ਲੜੋਗੇ ਪੰਜਾਬ ਦੇ ਵਿੱਚ ਮੋਦੀ ਭਾਜਪਾ ਦੇ ਖਿਲਾਫ਼, ਪਰ ਅਸੀਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਜਦੋਂ ਗੱਲ ਕਰਦੇ ਹਾਂ ਤਾਂ ਦੇਖਦੇ ਹਾਂ ਕਿ ਨਵਜੋਤ ਕੌਰ ਸਿੱਧੂ ਉੱਥੇ ਸਭ ਤੋਂ ਪਹਿਲੇ ਆ ਕੇ ਦਾਅਵੇਦਾਰੀ ਠੋਕਦੇ ਨੇ। ਪਵਨ ਬਾਂਸਲ ਕਹਿੰਦੇ ਕਿ ਮੈਂ 25-30 ਸਾਲ ਤੋਂ ਲੱਗਿਆ ਹੋਇਆ, ਘਰ ਘਰ ਜਾਂਦਾ, ਹਰ ਸੈਕਟਰ ਦੇ ਲੋਕ ਮੈਨੂੰ ਜਾਣਦੇ ਆ, ਮੈਂ ਮਿਹਨਤ ਕੀਤੀ ਅਤੇ ਮੇਰੀ ਜਿਹੜੀ ਹੈ ਮਿਹਨਤ ਦੇ ਉੱਪਰ ਪਾਣੀ ਫੇਰਨ ਆ ਗਏ। ਦੂਜੀ ਤਰਫ ਲੁਧਿਆਣੇ ਤੋਂ ਜਿਹੜੇ ਸਾਂਸਦ ਵੀ ਰਹੇ, ਮੰਤਰੀ ਵੀ ਰਹੇ, ਮਨੀਸ਼ ਤਿਵਾਰੀ, ਉਹ ਕਹਿੰਦੇ ਹੁਣ ਇੱਥੇ ਤਾਂ ਮੈਂ ਪਲਿਆ ਬੜਿਆ, ਮੈਂ ਵੀ ਇੱਥੇ ਪੜ੍ਹਾਈ ਕੀਤੀ ਹੈ ਅਤੇ ਮੈਂ ਵੀ ਇੱਥੋਂ ਦਾਅਵੇਦਾਰੀ ਠੋਕ ਰਿਹਾ। ਇੱਕ ਥਾਂ ਤੋਂ ਇੰਨੀ ਖਿੱਚੋਤਾਨ ਹੋ ਰਹੀ ਹੈ, ਆਪਸ 'ਚ ਇਨਫਾਈਟਿੰਗ ਜਿਹੜੀ ਹੋਣ ਲੱਗ ਪਈ ਹੈ, ਤੁਹਾਨੂੰ ਲੱਗਦਾ ਨਹੀਂ ਕਿ ਪਾਰਟੀ ਨੂੰ ਡੈਮੇਜ ਕਰੇਗੀ? ਪੰਜਾਬ 'ਚ ਵੀ ਕਿਤੇ ਨਾ ਕਿਤੇ ਇੱਕ ਥਾਂ 'ਤੇ ਜ਼ਿਆਦਾ ਕੈਂਡੀਡੇਟਸ, ਕਿਉਂਕਿ ਕਿਹਾ ਤੁਹਾਡੀ ਪਾਰਟੀ ਲਈ ਹੀ ਜਾਂਦਾ, ਕਹਿੰਦੇ ਕਾਂਗਰਸ ਨੂੰ ਹੋਰ ਕੋਈ ਤਾਂ ਹਰਾਉਂਦਾ ਨਹੀਂ, ਕਾਂਗਰਸ ਹੀ ਹਰਾ ਜਾਂਦੇ ਆ। ਇਹ ਇੱਕ ਜਿਉਂਦੀ ਜਾਗਦੀ ਪਾਰਟੀ ਦੀ ਨਿਸ਼ਾਨੀ ਹੈ, ਜਿੱਥੇ ਸਾਡੀਆਂ ਵਿਰੋਧੀ ਪਾਰਟੀਆਂ ਨੂੰ ਉਮੀਦਵਾਰ ਨਹੀਂ ਲੱਭਦੇ, ਅੱਜ ਸਾਡੀ ਪਾਰਟੀ ਵਿੱਚ ਪੂਰੀ ਤਰ੍ਹਾਂ ਨਾਲ ਕਈ ਕਈ ਉਮੀਦਵਾਰ ਹੈ ਇੱਕ ਇੱਕ ਸੀਟ ਦੇ ਉੱਪਰ। ਲੇਕਿਨ ਦੂਜੇ ਪਾਸੇ ਅਸੀਂ ਇਹ ਸਮਝਦੇ ਹਾਂ ਕਿ ਡੈਮੋਕ੍ਰੇਸੀ ਸਾਡੀ ਪਾਰਟੀ ਨੇ ਵਿਸ਼ਵਾਸ ਕੀਤਾ, ਅੱਜ ਡੈਮੋਕ੍ਰੇਟਿਕ ਸਾਡੀ ਪਾਰਟੀ ਹੈ, ਇੱਥੇ ਹਰ ਇੱਕ ਨੂੰ ਹੱਕ ਹੈ ਆਪਣਾ ਹੱਕ ਜਿਤਾਉਣ ਦਾ ਅਤੇ ਆਪਣਾ ਕਲੇਮ ਕਰਨ ਦਾ, ਉਹ ਸਾਰੇ ਕਲੇਮ ਕਰ ਰਹੇ ਨੇ। ਲੇਕਿਨ ਦੂਜੇ ਪਾਸੇ ਕੋਈ ਮਾੜੀ ਗੱਲ ਨਹੀਂ ਹੈ ਕਿ ਕੋਈ ਕਲੇਮ ਕਰੇ, ਆਪਣਾ ਪੱਖ ਰੱਖੇ, ਆਪਣੀ ਗੱਲ ਰੱਖੇ, ਲੇਕਿਨ ਉਸ ਤੋਂ ਬਾਅਦ ਸਾਡੀ ਪਾਰਟੀ 'ਚ ਇੱਕ ਦਸਤੂਰ ਹੈਗਾ, ਇਹ ਡਿਸਿਪਲਿਨ ਹੈ ਕਿ ਜਿਸ ਵਕਤ ਸਾਡੀ ਪਾਰਟੀ ਹਾਈ ਕਮਾਂਡ ਫੈਸਲਾ ਕਰੂ, ਸਾਰੇ ਲੀਡਰਾਂ ਨੇ ਕਿਹਾ ਉਹ ਬਾਕਾਇਦਾ ਸਰਬੱਤ ਉਸ ਪਾਰਟੀ ਦੇ ਫੈਸਲੇ ਨੂੰ ਮੰਨ ਕੇ ਇਕਜੁੱਟ ਹੋ ਕੇ ਕੰਮ ਕਰਨਗੇ। ਨਹੀਂ ਬੀਬੀ ਜੀ, ਕਹਿਣ ਨੂੰ ਤਾਂ ਬਹੁਤ ਚੰਗਾ ਲੱਗਦਾ, ਦੇਖੋ ਤੁਸੀਂ ਸਿਆਸੀ ਤਕਰੀਰ ਦਿੱਤੀ, ਲੋਕ ਸੁਣ ਵੀ ਰਹੇ ਹੋਣਗੇ, ਅਗਰ ਤੁਸੀਂ ਸਟੇਜ ਤੋਂ ਬੋਲਦੇ ਲੋਕਾਂ ਨੇ ਤਾੜੀਆਂ ਵੀ ਮਾਰ ਦੇਣੀਆਂ ਸੀ, ਪਰ ਅਗਰ ਮੈਂ ਥੋੜ੍ਹਾ ਜਿਹਾ ਐਗਜ਼ਾਮਪਲ ਦੇਣ ਲਈ ਤੁਹਾਨੂੰ ਕਹਾਂ, ਰਾਹੁਲ ਗਾਂਧੀ ਦੇ ਸਭ ਤੋਂ ਨੇੜਲੇ ਰਣਦੀਪ ਸੁਰਜੇਵਾਲਾ ਜੀ ਤੋਂ ਜਿਮਨੀ ਚੋਣ ਉਹਨਾਂ ਨੇ ਲੜੀ, ਹਾਰ ਗਏ, ਕਿਉਂ ਹਾਰ ਗਏ ਸਾਰੇ ਦੁਨੀਆ ਨੂੰ ਪਤਾ ਹੈ, ਅਤੇ ਉਸ ਤੋਂ ਬਾਅਦ ਉਹਨਾਂ ਨੇ ਖੁਦ ਬਿਆਨ ਦਿੱਤਾ ਕਿ ਜਿਨ੍ਹਾਂ ਨੇ ਸਾਡੀ ਮਦਦ ਨਹੀਂ ਕੀਤੀ ਉਹਨਾਂ ਦਾ ਬਾਅਦ ਦੇ ਵਿੱਚ ਹਿਸਾਬ ਲਿੱਤਾ ਜਾਏਗਾ। ਆਖਿਰ ਕਾਂਗਰਸ ਵਾਲੇ ਨੇ ਹੀ ਆਪਣੇ ਕਾਂਗਰਸ ਨੂੰ ਹਰਾ ਦਿੱਤਾ, ਅਤੇ ਤੁਸੀਂ ਆਪ ਦੇਖ ਸਕਦੇ ਹੋ ਕਿ ਜੋ ਪਾਰਟੀ
ਪ੍ਰੈਜ਼ੀਡੈਂਟ ਦੇ ਨਾਲ ਨੇੜੇ ਹੋਵੇ ਉਸ ਨੂੰ ਵੀ ਹਰਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਤਾਂ ਉਹੀ ਆਲਮ ਤੁਹਾਨੂੰ ਲੱਗਦਾ ਕਿ ਪੰਜਾਬ 'ਚ ਵੀ ਹੋਏਗਾ ਜਿਹਨੂੰ ਸੀਟ ਦੀ ਉਮੀਦਵਾਰੀ ਟਿਕਟ ਨਹੀਂ ਮਿਲੀ ਉਸ ਤੋਂ ਬਾਅਦ ਕੀ ਕਰੇਗਾ ਉਹ ਜਾਂ ਤਾਂ ਬਾਗੀ ਹੋਏਗਾ ਦੇਖੋ ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈ ਕਿੰਨੀ ਕੁ ਨਹੀਂ ਸੱਚਾਈ ਇਹਦੇ 'ਤੇ ਬਾਰੇ ਮੈਂ ਕੋਈ ਤੁਰੰਤ ਨਹੀਂ ਕਰ ਸਕਦੀ ਨਾ ਕੋਈ ਕਮੈਂਟ ਕਰਨਾ ਚਾਹੁੰਦੀ ਹਾਂ ਲੇਕਿਨ ਇਹ ਠੀਕ ਹੈ ਕਿ ਜੇ ਕੁਛ ਵੀ ਕਿਸੇ ਥਾਂ 'ਤੇ ਗਲਤ ਹੋਇਆ ਜਾਂ ਕੀਤਾ ਸਾਡੀ ਪਾਰਟੀ ਹਾਈਕਮਾਂਡ ਪੂਰੀ ਤਰ੍ਹਾਂ ਸੀਰੀਅਸਲੀ ਹਰ ਚੀਜ਼ ਨੂੰ ਧਿਆਨ ਵਿੱਚ ਰੱਖ ਕੇ ਬਾਕਾਇਦਾ ਉਸਦੇ ਉੱਤੇ ਜਿਸ ਤਰੀਕੇ ਨਾਲ ਸੋਚ ਕੇ ਫੈਸਲੇ ਲੈਣਗੇ ਲੈਣਗੇ ਸੋ ਇਹ ਚੀਜ਼ਾਂ ਕਈ ਹੋ ਜਾਂਦੀਆਂ ਉੱਥੇ ਵੇਲੇ ਦੀ ਸਰਕਾਰ ਬੈਠੀ ਹੈ ਕਈ ਕਾਰਨ ਹੋ ਸਕਦੇ ਆ ਕਈ ਰੀਜ਼ਨ ਹੋ ਸਕਦੇ ਆ ਇਹ ਨਹੀਂ ਮੈਂ ਕਹਿ ਸਕਦੀ ਕਿ ਸਿਰਫ ਇਹਦੀ ਮੁਖਾਲਫਤ ਕਰਕੇ ਇਸ ਤਰ੍ਹਾਂ ਹੋਇਆ ਇਹ ਹੋਇਆ ਕੀ ਨਹੀਂ ਹੋਇਆ ਇਹਦੇ 'ਤੇ ਪੂਰੀ ਪੜਤਾਲ 'ਤੇ ਪੜਚੋਲ ਕੀਤੀ ਜਾਊਗੀ ਠੀਕ ਹੈ ਬੀਬੀ ਜੀ ਬਠਿੰਡੇ ਦੀ ਸੀਟ ਦੀ ਮੈਂ ਗੱਲ ਕਰਨਾ ਚਾਹੂੰਗਾ ਬੀਬੀ ਹਰਸਿਮਰਤ ਕੌਰ ਬਾਦਲ ਉੱਥੋਂ ਨੇ ਕਹਿੰਦੇ ਬਾਦਲ ਪਰਿਵਾਰ ਪੂਰੀ ਵਾਹ ਲਾ ਦਿੰਦਾ ਉਹਨਾਂ ਜਿਤਾਉਣ ਦੇ ਲਈ ਕੀ ਕਾਂਗਰਸ ਪਿਛਲੀ ਵਾਰ ਮਨਪ੍ਰੀਤ ਬਾਦਲ ਤਾਂ ਹਾਰ ਗਏ ਸੀ ਤੁਹਾਡੀ ਪਾਰਟੀ ਵੱਲੋਂ ਹੀ ਲੜੇ ਸੀਗੇ ਇਸ ਵਾਰ ਕਿਹੋ ਜਿਹਾ ਕੈਂਡੀਡੇਟ ਦਿਓਗੇ ਜਿਹੜਾ ਜਿੱਤ ਸਕੇ ਅਕਾਲੀ ਦਲ ਦੀ ਕਿਲਾਬੰਦੀ ਕਿਵੇਂ ਢਾਓਗੇ ਕੋਈ ਵੀ ਕੈਂਡੀਡੇਟ ਦੇਖੋ ਕੋਈ ਵੀ ਕੈਂਡੀਡੇਟ ਸਾਡੀ ਪਾਰਟੀ ਦਿੰਦੀ ਹੈ ਤਾਂ ਮੈਨੂੰ ਇੰਨਾ ਪਤਾ ਹੈ ਕਿ ਇਸ ਵਾਰ ਪੱਕਾ ਦੀਵਾਰ 'ਤੇ ਲਿਖਿਆ ਹੋਇਆ ਕਿ ਬੀਬੀ ਹਰਸਿਮਰਤ ਕੌਰ ਨੂੰ ਘਰ ਦਾ ਰਸਤਾ ਦਿਖਾ ਦੇਣਗੇ ਲੋਕ ਉੱਥੇ ਕਾਂਗਰਸ ਪਾਰਟੀ ਜਿਹੜੀ ਦੱਸਿਆ ਕਿ ਜਦੋਂ ਪੂਰੀ ਚੜ੍ਹਤ ਵਿੱਚ ਸੀ ਇਹ ਉਦੋਂ ਵੀ 12-15 ਹਜ਼ਾਰ 'ਚ ਪਾਰਲੀਮੈਂਟ ਕੀ ਮਾਇਨੇ ਰੱਖਦੀ ਹੈ ਉਦੋਂ ਇਹ ਲੈ ਗਏ ਹੈ ਕਿਵੇਂ ਲੈ ਗਏ ਹੈ ਕਿੱਥੇ ਧੱਕੇ ਕਿੱਥੇ ਕੀ ਚੀਜ਼ਾਂ ਕੀਤੀਆਂ ਇਲੈਕਸ਼ਨ ਦੇ ਵਿੱਚ ਇੰਨਾ ਕੁ ਪਾਰਲੀਮੈਂਟ 'ਚ ਇਹਨਾਂ ਨੇ ਕਰਕੇ ਆਪਣੀ ਇੱਜ਼ਤ ਬਚਾ ਲਈ ਹੈ ਲੇਕਿਨ ਇਸ ਵਕਤ ਮੈਂ ਜੋ ਸਮਝਦੀ ਹਾਂ ਕਿ ਕੋਈ ਵੀ ਰਸਤਾ ਨਹੀਂ ਇਹਨਾਂ ਕੋਲ ਕੋਈ ਵੀ ਚਾਰਾ ਨਹੀਂ ਇਹਨਾਂ ਕੋਲ ਔਰ ਪੂਰੀ ਤਰ੍ਹਾਂ ਨਾਲ ਲੋਕਾਂ ਨੇ ਫਿਟਕਾਰ ਕੇ ਸਾਰਿਆਂ ਥਾਵਾਂ 'ਤੇ ਅਕਾਲੀ ਦਲ ਨੂੰ ਘਰ ਭੇਜ ਦੇਣਾ ਹੈਗਾ ਇਸ ਵਾਰ ਬਿਲਕੁਲ ਇਹਨਾਂ ਨੂੰ ਮੂੰਹ ਤੋੜਵਾਂ ਜਵਾਬ ਦੇਣਗੇ ਰਾਈਟ ਬੀਬੀ ਜੀ ਮੇਰੇ ਕੋਲ ਬਹੁਤ ਘੱਟ ਸਮਾਂ ਹੈ ਅਤੇ ਮੈਂ ਇਹ ਜਾਣਨਾ ਚਾਹਾਂਗਾ ਕਿ ਸੰਗਰੂਰ ਦੇ ਲਈ ਹੁਣ ਤੁਹਾਡੀ ਤਿਆਰੀ ਪੂਰੀ ਹੈ ਪਾਰਟੀ ਗ੍ਰੀਨ ਸਿਗਨਲ ਦਿੰਦੀ ਹੈ ਅਤੇ ਡਟ ਜਾਓਗੇ ਇਸ ਤੋਂ ਬਾਅਦ ਮੈਦਾਨ ਦੇ ਵਿੱਚ ਦੇਖੋ ਮੈਂ ਅੱਗੇ ਵੀ ਕਿਹਾ ਮੇਰੇ ਮਾਂ ਬਾਪ ਦਾ ਵੀ ਇਹ ਹੁੰਦਾ ਸੀ ਜੇ ਉਹਨਾਂ ਨੂੰ ਕਦੇ ਟਿਕਟ ਨਾ ਵੀ ਮਿਲਦਾ ਤਾਂ ਸਭ ਤੋਂ ਪਹਿਲਾਂ ਜਾ ਕੇ ਜਿਹਨੂੰ ਟਿਕਟ ਮਿਲਦਾ ਉਹਦਾ ਦਫ਼ਤਰ ਮੇਰੇ ਮਾਂ ਬਾਪ ਆਪਣੇ ਘਰੋਂ ਜਾ ਕੇ ਖੋਲਦੇ ਸੀ ਅਤੇ ਮੈਂ ਪਹਿਲਾਂ ਵੀ ਕਿਹਾ ਕਿ ਅਸੀਂ ਸਿਰਫ ਆਪਦੀਆਂ ਟਿਕਟਾਂ ਲਈ ਨਹੀਂ ਲੜ ਰਹੇ ਕਿ ਮੈਨੂੰ ਟਿਕਟ ਮਿਲਦੀ ਹੈ ਤਾਂ ਮੈਂ ਕੰਮ ਕਰੂੰ ਅਸੀਂ ਤਾਂ ਪਾਰਲੀਮੈਂਟ ਦੀ ਤਿਆਰੀ 'ਚ ਲੱਗੇ ਹੋਏ ਹਾਂ ਟਿਕਟ ਜਿਹਨੂੰ ਵੀ ਮਰਜ਼ੀ ਮਿਲ ਜਾਵੇ ਅਸੀਂ ਪੂਰੀ ਤੱਤ ਪਰ ਤੱਤ ਹੋ ਕੇ ਪੂਰੀਆਂ ਸਟ੍ਰੈਟਜੀਆਂ ਬਣਾ ਕੇ ਅਸੀਂ ਇਕੱਠੇ ਹੋ ਕੇ ਆਪਣੀ ਸੀਟਾਂ ਜਿੱਤਣ ਲਈ ਪੂਰਾ ਪੁਰਜ਼ੋਰ ਯਤਨ ਕਰ ਰਹੇ ਹਾਂ ਰਾਈਟ ਬਹੁਤ ਬਹੁਤ ਧੰਨਵਾਦ ਬੀਬੀ ਜੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸੋ ਬੀਬੀ ਰਜਿੰਦਰ ਕੌਰ ਪਟਲ ਪੂਰੀ ਤਰ੍ਹਾਂ ਤਿਆਰ ਨੇ ਸੰਗਰੂਰ ਤੋਂ ਚੋਣ ਲੜਨ ਦੇ ਲਈ ਅੱਜ ਤੱਕ ਲਈ ਇੰਨਾ ਇਜਾਜ਼ਤ ਦਿਓ ਧੰਨਵਾਦ